ਐਤਵਾਰ ਸੀ ਸ਼ਾਇਦ ਉਸ ਦਿਨ ਨਾ ਛੁੱਟੀ ਸੀ, ਟਾਈਮ ਨਾਲ ਹੀ ਚਲੇ ਗਏ ਉਹਦੇ, ਅਸੀਂ ਜਾਵਾਂਗੇ ਕੱਪੜੇ ਲਾ ਕੇ ਸਾਈਡ 'ਤੇ ਰਹੇ ਸੀ ਨਹਾਈ ਕਹਿੰਦਾ, ਉਹਨਾਂ ਨੇ ਸਾਨੂੰ ਸੇਵਾਦਾਰਾਂ ਨੇ ਬਹੁਤ ਕਿਹਾ, ਕਹਿੰਦੇ ਯਾਰ ਬਹੁਤ ਹੋ ਗਿਆ ਹੁਣ ਵੀ ਤੁਸੀਂ ਆ ਜਾਓ, ਬਾਕੀ ਸੰਗਤ ਨੇ ਵੀ ਨਹਾਉਣਾ, ਕਹਿੰਦੇ ਅਸੀਂ ਉਹੀ ਜਵਾਕ ਪਾਉਣਾ ਚਾਂਭਲੇ ਹੋਏ ਸੀਗੇ, ਅਸੀਂ ਭਾਈ ਨਹਾਉਣੋਂ ਹਟੇ ਨਹੀਂ, ਉਹ ਸਾਡੇ ਕੱਪੜੇ ਚੱਕ ਹੀ ਲੈ ਗਏ। ਉੱਥੇ ਨਾ ਜਦੋਂ ਆਪਾਂ ਲੰਗਰ ਛਕ ਲਿਆ, ਪ੍ਰਸ਼ਾਦਾ ਛਕ ਲੈਂਦੇ ਸੀ, ਉਸ ਤੋਂ ਬਾਅਦ ਫਰੂਟ ਮਿਲਦਾ ਹੁੰਦਾ ਸੀ, ਅਤੇ ਇਹਨੂੰ ਕੇਲਾ ਮਿਲ ਗਿਆ ਅਤੇ ਮੈਨੂੰ ਅੰਬ ਮਿਲ ਗਿਆ ਨਾ, ਅੰਬ ਦੀ ਕਠੋਰੀ ਜੀ ਮਿਲ ਗਈ, ਮੈਂ ਬੜਾ ਖੁਸ਼ ਵੀ ਮੈਨੂੰ ਵੀ ਸੋਨੀ ਅੰਬ ਮਿਲ ਗਿਆ। ਉਹ ਮੈਂ ਜਦੋਂ ਟੁੱਟ ਕੇ ਖਾਣ ਲੱਗਿਆ, ਉਹ ਅੰਬ ਦੀ ਕਠੋਰੀ ਦੱਬਤੀ ਤੋਂ ਗਿਆ ਮੂਹਰਲੇ ਜਿਹੜੀ ਲਾਈਨ 'ਚ ਬੈਠਾ ਸੀਗਾ ਹੈ ਨਾ ਕੋਈ ਬੰਦਾ, ਉਹਦੀ ਥਾਲੀ 'ਚ ਜਾ ਡਿੱਗ ਗਿਆ। ਦੋਸਤ ਹੁੰਦੇ ਨੇ ਇੱਕ, ਧਿੱਤੀ ਸਾਡਾ ਵੀ ਇੱਕ ਦੋਸਤ ਹੈ, ਉਹ ਨਾ ਉਹਦਾ ਮਿੱਤਰ ਸੀ ਕੋਈ, ਸਕੂਟਰ ਠੀਕ ਕਰਦਾ ਸੀ, ਮਕੈਨਿਕ ਸੀਗਾ, ਉਹਦੇ ਕੋਲ ਚਲਿਆ, ਕਹਿੰਦਾ ਯਾਰ ਵੀ ਸਕੂਟਰ ਨਹੀਂ ਖੜਾ, ਮੈਂ ਮਾੜਾ ਜਾ ਕੇ ਆਇਆ 10 ਮਿੰਟ। ਉਹ ਕਹਿੰਦਾ ਚੱਲ ਆ ਠੀਕ ਕਰਨ ਆਇਆ ਹੋਇਆ ਮੇਰੇ ਕੋਲ, ਵੀ ਇਹਨੇ ਸ਼ਾਮ ਨੂੰ ਆਉਣਾ ਬੰਦੇ ਨੇ, ਤੂੰ ਲੈ ਜਾ ਵਰਤੇ ਮਤਲਬ ਕੰਮ ਕਰਿਆ ਆਪਣਾ। ਸਕੂਟਰ ਲੈ ਗਿਆ ਸ਼ਾਮ ਨੂੰ, ਉਹ ਮੁੜਿਆ ਨਹੀਂ ਸ਼ਾਮ ਤੱਕ, ਅਤੇ ਉਹਨੇ ਫੋਨ ਕਰਿਆ ਕਹਿੰਦਾ ਯਾਰ ਉਹ ਸਕੂਟਰ ਵਾਲਾ ਲੈਣ ਆਇਆ ਤੂੰ ਕਿੱਥੇ, ਕਹਿੰਦਾ ਮੈਂ ਤਾਂ ਹੇਮਕੁੰਟ ਸਾਹਿਬ ਚਲੇ ਗਿਆ। ਆਪਾਂ 3 ਦਿਨ ਵਿਹਲਾ ਹੁੰਦਾ ਸੀ, ਮਤਲਬ ਅਸੀਂ 25 ਰੁਪਈਏ 'ਚ 3 ਦਿਨ ਮੇਲੇ ਦੇਖਦੇ ਹੁੰਦੇ ਸੀ। ਸਾਡਾ ਪਹਿਲਾ ਦਿਨ ਗਏ ਅਸੀਂ, ਇਹ ਮੈਨੂੰ ਕਹਿੰਦਾ ਯਾਰ 25 ਘੱਟ ਨੇ, ਇਹਦੇ 50 ਬਣਾ ਲਈਏ। ਉਹ ਮੈਂ ਕਿਹਾ ਤੂੰ ਰਹਿਣ ਦੇ, ਇਹ 50 ਬਣਨੇ ਨਹੀਂ, ਮੈਨੂੰ ਪਤਾ ਬੜੇ ਪਿੱਛੇ ਵੀ ਜਾਣਗੇ। ਕਹਿੰਦਾ ਨਹੀਂ ਮੈਂ ਬਹੁਤ ਐਕਸਪਰਟ ਹਾਂ, ਕਹਿੰਦਾ ਆਪਾਂ ਲਾਟਰੀ ਪਾਉਣੇ ਆ, ਕਹਿੰਦਾ 50 ਰੁਪਈਏ ਖਿੱਚਾਂਗੇ, ਮੇਲਾ ਦੇਖਾਂਗੇ 55 ਰੁਪਈਆਂ ਨਾਲ। ਮੈਂ ਬਹੁਤ ਰੋਕਿਆ ਨਹੀਂ, ਲਾਟਰੀਆਂ 20 ਰੁਪਈਆਂ ਦੇ ਪਾਤੀਆਂ। ਲਾਈਨ ਕਾਫੀ ਲੰਬੀ ਸੀ, ਸਵੇਰੇ ਪਹੁੰਚ ਗਏ ਅਸੀਂ 9 ਵਜੇ, ਅਤੇ ਲਾਈਨ 'ਚ ਲੱਗ ਗਏ। ਮੈਂ ਲੱਗ ਗਿਆ, ਮਤਲਬ ਇਹ ਮੇਰੇ ਨਾਲ ਗਿਆ ਸੀ ਸਾਥੀ ਬਣ ਕੇ ਮੇਰਾ, ਇਹਦਾ ਬਿੱਲ ਭਰਿਆ ਹੋਇਆ ਸੀ ਪਹਿਲਾਂ ਹੀ, ਅਤੇ 70-80 ਬੰਦੇ ਮੂਹਰੇ। ਸਾਡੀ 4 ਘੰਟੇ ਬਾਅਦ ਵਾਰੀ ਆਈ, ਵਾਰੀ ਆਉਣ ਤੋਂ ਬਾਅਦ ਮੈਨੂੰ ਪਤਾ ਲੱਗਿਆ ਮੈਂ ਗਲਤ ਲਾਈਨ 'ਚ ਖੜਾ ਸੀ। ਕਹਿੰਦਾ ਵੀਰੇ ਮੈਂ ਤਾਂ ਆਪਦੇ ਪੈਸੇ ਦੇ ਕੇ ਆਇਆ। ਮੈਂ ਦੁਕਾਨਦਾਰ ਨੂੰ ਕਿਹਾ ਵੀ ਉਹ ਕੌਣ ਆ ਬੰਦਾ, ਮੈਂ ਨਹੀਂ ਜਾਣਦਾ ਉਹਨੂੰ, ਉਹ ਤਾਂ ਪਤਾ ਨਹੀਂ ਕਿੱਥੋਂ ਸੀ ਬੰਦਾ, ਮੇਰੇ ਨਾਲ ਖਾ ਗਿਆ, ਮੈਂ ਨਹੀਂ ਜਾਣਦਾ ਉਹਨੂੰ ਕੌਣ ਸੀ। ਕਹਿੰਦਾ ਮੈਂ ਸਿਰਫ ਦੇ ਕੇ ਆਇਆ ਆਪਦੇ 12 ਰੁਪਈਏ, ਉਹ ਤੇਰੇ 12 ਰੁਪਈਏ ਲੈਣ ਵਾਸਤੇ ਤੁਹਾਨੂੰ ਲੱਭਦਾ ਫਿਰਦਾ, ਉਹ ਤੇਰੇ ਪਿੱਛੇ ਆਊਗਾ। ਮੈਂ ਹੁਣ ਡਰ ਗਿਆ। ਸੋਨੀ ਨੂੰ ਆਹੋ ਆ ਗਿਆ ਵੀ ਇਹ ਵਿਸ਼ਵਾਸ ਰਿਕ 'ਤੇ ਕਰ ਲੈਂਦਾ ਮੁੜ ਕੇ। ਕਈ ਵਾਰੀ ਚਲੋ ਕਈ ਬੰਦੇ ਵਧੀਆ ਵੀ ਹੁੰਦੇ ਨੇ, ਕਈ ਨਹੀਂ ਹੁੰਦੇ, ਉਹ ਜਦੋਂ ਫਿਰ ਧੋਖਾ ਜਿਹਾ ਕਰ ਜਾ, ਫਿਰ ਇਹ ਕਹਿੰਦਾ ਯਾਰ ਉਹ ਬੰਦਾ ਵਧੀਆ ਨਹੀਂ ਨਿਕਲਿਆ। ਫਿਰ ਮੈਨੂੰ ਇਹ 'ਤੇ ਗੁੱਸਾ ਆਉਣਾ ਵੀ ਯਾਰ ਤੈਨੂੰ ਮੈਂ ਕਿਹਾ ਸੀ ਤੂੰ ਇੱਥੇ ਪਹਿਲੀ ਵਾਰ 'ਚ ਹੀ ਵਿਸ਼ਵਾਸ ਕਰ ਲਿਆ। ਸਭ ਤੋਂ ਨੇੜੇ ਹੈ ਇਸ ਮਾਮਲੇ 'ਚ ਮੇਰੀ ਤਕਰੀਬਨ ਦੁੱਖ ਸੁੱਖ ਇਹਦੇ ਨਾਲ ਤਕਰੀਬਨ ਸਾਂਝ ਆ, ਇਸ ਕਰਕੇ ਵਿਚੋਲਾ ਬਣ ਗਿਆ ਤਾਂ ਮੈਨੂੰ ਤਾਂ ਮੰਨਣਾ ਨਹੀਂ ਸੀ। ਮੈਨੂੰ ਨਾ ਕਈ ਵਾਰੀ ਮਤਲਬ ਪੂਰਾ ਗੁੱਸਾ ਜਿਹਾ ਚੜ ਜਾਂਦਾ ਜਦੋਂ ਕਿਸੇ ਗੱਲ ਤੋਂ ਵੀ ਹਾਈਪਰ ਜਿਹਾ ਹੋ ਜਾਂਦੇ ਆਪਾਂ ਵੀ ਯਾਰ ਐਂ ਕਿਵੇਂ ਆਏ ਨਹੀਂ। ਜੇ ਉਦੋਂ ਮੈਂ ਸੋਨੀ ਦਾ ਨਾਂ ਯਾਦ ਕਰ ਲੈਂਦਾ ਵੀ ਠੰਡਾ ਹੋ ਜਾਂਦਾ ਵੀ ਯਾਰ ਉਹ ਜਮੀਨ ਗੁੱਸਾ ਕਰਦਾ ਜਾਂ ਕਿਸੇ ਗੱਲ ਦਾ। ਯਾਰ ਇਹ ਕੀ ਯਾਰ ਸੁਗਾਤ ਹੁੰਦੀ ਹੈ, ਤੋਹਫ਼ਾ ਹੁੰਦਾ ਇੱਕ, ਕਦੇ ਇਹਨੂੰ ਇਹੋ ਜਿਹਾ ਮੌਕਾ ਨਾ ਦਿਓ ਵੀ ਤੁਹਾਨੂੰ ਲੱਗੇ ਵੀ ਯਾਰ ਮੈਂ ਗਲਤ ਯਾਰ ਚਾਹੁੰਦੀ ਹਾਂ ਜਾਂ ਮੇਰੇ ਤੋਂ ਗਲਤੀ ਹੋ ਗਈ ਇਹਨੂੰ ਯਾਰ ਬਣਾ ਕੇ। ਕਦੇ ਵੀ ਨਾ ਇਹੋ ਜਿਹਾ ਮੌਕਾ ਦਿਓ, ਊਚ ਨੀਚ ਹਮੇਸ਼ਾ ਹੁੰਦੀ ਰਹਿੰਦੀ ਆ, ਮਤਲਬ ਕੱਲ੍ਹ ਨੂੰ ਲੋਕਾਂ ਦਾ ਯਾਰੀ ਤੋਂ ਯਕੀਨ ਉੱਠੇ ਲੋਕੀ ਗੱਲਾਂ ਕਰਨ, ਮਤਲਬ ਯਾਰੀ ਨੂੰ ਕਦੇ ਇਹੋ ਜਿਹਾ ਮੌਕਾ ਨਾ ਦਿਓ। ਦੋਸਤੋ ਦੋਸਤੀ ਇੰਨੀ ਕੁ ਸੌਖੀ ਹੁੰਦੀ ਹੈ ਕਰਨੀ ਜਿਵੇਂ ਮਿੱਟੀ 'ਤੇ ਮਿੱਟੀ ਲਿਖਣਾ, ਅਤੇ ਨਿਭਾਉਣੀ ਇੰਨੀ ਕੁ ਔਖੀ ਹੁੰਦੀ ਆ ਜਿਵੇਂ ਪਾਣੀ 'ਤੇ ਪਾਣੀ ਲਿਖਣਾ। ਸੋ ਅੱਜ ਦੇ ਯਾਰੀਆਂ ਪ੍ਰੋਗਰਾਮ ਦੇ ਵਿੱਚ ਸਾਡੇ ਮਹਿਮਾਨ ਨੇ ਪੰਜਾਬੀ ਇੰਡਸਟਰੀ ਦੇ ਬੜੇ ਨਾਮੀ ਰਾਈਟਰ ਸੋਨੀ ਢੁੱਲੇਵਾਲ ਜੀ, ਅਤੇ ਉਹਨਾਂ ਦੇ ਨਾਲ ਨੇ ਜਸਪਾਲ ਸਿੰਘ,
ਜਿਹੜੇ ਕਬੱਡੀ ਦੇ ਬਹੁਤ ਵਧੀਆ ਪਲੇਅਰ ਰਹਿ ਚੁੱਕੇ ਨੇ ਅਤੇ ਅੱਜ ਕੱਲ੍ਹ ਪੰਜਾਬ ਪੁਲਿਸ 'ਚ ਸੇਵਾ ਨਿਭਾ ਰਹੇ ਨੇ। ਆਓ ਇਹਨਾਂ ਦਾ ਸਵਾਗਤ ਕਰਦੇ ਹਾਂ ਅਤੇ ਇਹਨਾਂ ਦੀ ਯਾਰੀ ਬਾਰੇ ਕਿੱਸੇ ਕਹਾਣੀ ਇਹਨਾਂ ਤੋਂ ਸੁਣਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ? ਠੀਕ ਹੋ? ਵਧੀਆ। ਤੁਸੀਂ ਦੱਸੋ। ਜਿਵੇਂ ਮੈਨੂੰ ਪਤਾ ਕਿ ਤੁਸੀਂ ਬਚਪਨ ਦੇ ਦੋਸਤ ਹੋ, ਮਤਲਬ ਜਦੋਂ ਬਚਪਨ ਦੀ ਦੋਸਤੀ ਹੁੰਦੀ ਉਹਦੇ ਕੋਲ ਮਤਲਬ ਬਹੁਤ ਹੈ ਨਾ, ਇੱਕ ਭੰਡਾਰ ਇਕੱਠਾ ਹੋ ਜਾਂਦਾ ਯਾਦਾਂ ਦਾ ਜਾਂ ਉਹ ਸਾਰੀਆਂ ਚੀਜ਼ਾਂ ਦਾ, ਉਹ ਤੁਸੀਂ ਅੱਜ ਸਾਡੇ ਨਾਲ ਸਾਂਝੀਆਂ ਕਰੋ। ਕਿਵੇਂ ਤੁਸੀਂ ਮਿਲੇ, ਕਿੱਥੇ ਮਿਲੇ, ਕਿਵੇਂ ਤੁਹਾਡੀ ਯਾਰੀ ਗੂੜੀ ਹੁੰਦੀ ਹੈ ਅਤੇ ਕਿਵੇਂ ਕਿਵੇਂ ਅੱਗੇ ਵੱਧਦੀ ਹੈ ਯਾਰੀ? ਸਿੱਧੂ ਸਾਹਿਬ, ਇੱਦਾਂ ਸ਼ੁਰੂ ਹੁੰਦੀ ਵੀ ਜਸਪਾਲ ਦਾ ਪਿੰਡ ਆ ਨੰਗਲ ਅਤੇ ਮੇਰਾ ਪਿੰਡ ਠੁੱਲੇਵਾਲ, ਜਿਹੜਾ ਇਹ ਫਾਸਲਾ ਪਿੰਡ ਦਾ ਦੂਰੀ ਹੈ ਜਿਹੜੀ ਇਹ ਬਹੁਤ ਥੋੜ੍ਹੀ ਹੈ, ਕਹਿ ਸਕਦੇ ਵੀ 2 ਕਿਲੋਮੀਟਰ ਵੀ ਨਹੀਂ ਪੂਰੀ ਹੋਣੀ, ਇਸ ਕਰਕੇ ਇਹਨੂੰ ਇੱਕ ਪਿੰਡ ਹੀ ਮੰਨਿਆ ਜਾਂਦਾ। ਅਤੇ ਪਹਿਲੇ ਵੇਲੇ 'ਚ ਤਾਂ ਇੱਥੇ ਦੀ ਪੰਚਾਇਤ ਵੀ ਦੋਨਾਂ ਪਿੰਡ ਦੀ ਇੱਕ ਹੀ ਬਣਦੀ ਸੀ ਅਤੇ ਪਿੰਡ ਦੀ ਸਾਂਝ ਸੀ, ਪਿੰਡ ਦੇ ਲੋਕਾਂ ਨਾਲ ਆਮ ਹੀ ਆਉਣੀ ਜਾਣੀ ਸੀ, ਸਾਰਾ ਪਿੰਡ ਤਕਰੀਬਨ ਸਾਰੇ ਪਿੰਡ ਨੂੰ ਜਾਣਦਾ ਹੀ ਆ, ਹੈ ਨਾ। ਔਰ ਇਹ ਸਾਡਾ ਇਹ ਸੀਗਾ ਵੀ ਪਿੰਡ ਸਕੂਲ ਸੀਗਾ 5ਵੀਂ ਤੱਕ, ਪ੍ਰਾਇਮਰੀ ਸਕੂਲ ਸੀਗਾ ਠੁੱਲੇਵਾਲ 'ਚ, ਅਤੇ ਅਗਲੇਰੀ ਪੜ੍ਹਾਈ ਲਈ ਆਪਾਂ ਨੂੰ ਮਿਡਲ ਸਿੱਖਿਆ ਲਈ ਨੰਗਲ ਜਾਣਾ ਪੈਂਦਾ ਸੀ। ਇਹਨਾਂ ਦਾ ਪਿੰਡ ਪਹਿਲਾਂ ਮਿਡਲ ਸਕੂਲ ਆਪਣੇ ਨਾਲੋਂ ਬਣ ਚੁੱਕਿਆ ਸੀ, ਬਿਲਡਿੰਗ ਵੀ ਬਹੁਤ ਸੋਹਣੀ ਸੀ, ਸਕੂਲ ਵੀ ਬਹੁਤ ਸੋਹਣੀ ਸੀ, ਪ੍ਰਾਇਮਰੀ ਅਲੱਗ ਸੀ ਅਤੇ ਮਿਡਲ ਅਲੱਗ ਸੀਗਾ। ਅਤੇ ਇਹ ਮੇਰੇ ਤੋਂ 1 ਸਾਲ ਪਿੱਛੇ ਪੜ੍ਹਦਾ ਸੀਗਾ ਅਤੇ ਇਹਨਾਂ ਦੇ ਪਿੰਡ ਗਏ, ਮੇਲ ਮਿਲਾਪ ਹੋਣਾ ਸ਼ੁਰੂ ਹੋਇਆ ਅਤੇ ਗੱਲਾਂ ਬਾਤਾਂ ਹੋਈਆਂ, ਵਿਚਾਰ ਮਿਲੇ, ਯਾਰੀ ਪੈ ਗਈ ਅਤੇ ਯਾਰੀ ਹੌਲੀ ਹੌਲੀ ਗੂੜੀ ਯਾਰੀ 'ਚ ਬਦਲ ਗਈ ਅਤੇ ਗੂੜੀ ਯਾਰੀ ਹੌਲੀ ਹੌਲੀ ਭਰਾਵਾਂ ਵਾਲਾ ਪਿਆਰ ਪੈ ਗਿਆ। ਮਤਲਬ ਹੁਣ ਇੰਨਾ ਕੁ ਨੇੜੇ ਇੱਕ ਦੂਸਰੇ ਦੇ ਵੀ, ਤਕਰੀਬਨ ਹਰ ਗੱਲ ਹੀ ਸਾਂਝੀ ਹੁੰਦੀ ਹੈ। ਬਿਲਕੁਲ ਬਿਲਕੁਲ, ਜਿਵੇਂ ਮੈਂ ਪਹਿਲਾਂ ਕਿਹਾ ਕਿ ਜਦੋਂ ਅਸੀਂ ਬਚਪਨ ਤੋਂ ਇਕੱਠੇ ਹੁੰਦੇ ਹਾਂ ਸਾਡੇ ਕੋਲ ਬੜੀਆਂ ਕਹਾਣੀਆਂ ਹੁੰਦੀਆਂ ਨੇ, ਬੜੀਆਂ ਸ਼ਰਾਰਤਾਂ, ਕਿਉਂਕਿ ਛੋਟੇ ਬੱਚੇ ਕਰਦੇ ਹੀ ਹੁੰਦੇ ਨੇ। ਉਹ ਤੁਹਾਡੇ ਤੁਹਾਨੂੰ ਵੀ ਯਾਦ ਆਉਂਦੀਆਂ ਹੋਣਗੀਆਂ ਕਿ ਅਸੀਂ ਐਵੇਂ ਐਵੇਂ ਕਰਦੇ ਸੀ, ਉਹ ਸਾਡੇ ਨਾਲ ਕੁਛ ਸਾਂਝੀਆਂ ਕਰੋ। ਯਾਰੀ ਤਾਂ ਸਾਡੀ ਸਕੂਲ ਤੋਂ ਹੀ ਸ਼ੁਰੂ ਹੋ ਗਈ ਸੀ ਪਹਿਲੇ ਦਿਨ ਤੋਂ। ਜਦੋਂ ਇਹ ਸਾਡੇ ਪਿੰਡ ਪੜ੍ਹਨ ਲੱਗੇ ਤਾਂ ਸਾਨੂੰ ਟੀਚਰ ਕਹਿਣ ਲੱਗ ਗਏ ਸੀ ਵੀ ਕਨੀ ਇਹ ਭਾਈ ਭਾਈ ਨੇ, ਕਿਉਂਕਿ ਸਾਡੀਆਂ ਅੱਖਾਂ ਅਤੇ ਸ਼ਕਲਾਂ ਬਹੁਤ ਮਿਲਦੀਆਂ ਸੀ ਅਤੇ ਅਕਸਰ ਹੀ ਸਾਨੂੰ ਬੁਲਾਉਂਦੇ ਹੁੰਦੇ ਸੀ ਵੀ ਇਹ ਭਰਾ ਭਰਾ ਨੇ ਜਾਂ ਇਹ ਮਾਸੀਆਂ ਦੇ ਮੁੰਡੇ ਆ। ਉਦੋਂ ਹੀ ਸਾਨੂੰ ਭਰਾ ਕਹਿਣ ਲੱਗ ਗਏ ਸੀ ਅਤੇ ਫਿਰ ਹੌਲੀ ਹੌਲੀ ਅਸੀਂ, ਉਸ ਤੋਂ ਬਾਅਦ ਸਾਡੀ ਸਾਂਝ ਵੱਧਦੀ ਗਈ ਅਤੇ ਦੋਸਤੀ ਭਰਾਵਾਂ 'ਚ ਬਦਲ ਗਈ। ਬਾਕੀ ਵੱਡੀ ਗੱਲ ਸਿੱਧੂ ਸਾਹਿਬ ਇਹ ਸੀ ਵੀ ਅੱਖਾਂ ਅਤੇ ਸ਼ਕਲ ਮਿਲਦੇ ਨਾਲ ਨਾਲ ਨਾ ਸੁਭਾਅ ਮਿਲ ਗਏ, ਜਿਹੜਾ ਕਿ ਯਾਰੀ 'ਚ ਮਿਲਣਾ ਬਹੁਤ ਵੱਡੀ ਗੱਲ ਆ। ਜਿਵੇਂ ਕਹਿੰਦੇ ਵੀ ਅਕਸਰ ਸਾਨੂੰ ਰਿਸ਼ਤੇ ਨਾ, ਰਿਸ਼ਤੇ ਸਾਨੂੰ ਰੱਬ ਦਿੰਦਾ, ਮਾਸੀ ਦਾ ਬੇਟਾ, ਚਾਚੇ ਦਾ ਬੇਟਾ, ਤਾਏ ਦਾ ਬੇਟਾ, ਪਰਮਾਤਮਾ ਸਾਨੂੰ ਦਿੰਦਾ ਸੁਗਾਤ, ਹੈ ਨਾ। ਜਿਹੜੀ ਦੋਸਤੀ ਹੈ ਬੰਦਾ ਉਹਨੂੰ ਹੀ ਚੁਣਦਾ ਜਿਹਦਾ ਤਾਂ ਉਹਨੂੰ ਲੱਗਦਾ ਹੁੰਦਾ ਵੀ ਯਾਰ ਇਹ ਮੇਰੇ ਨਾਲ ਨਿਭੂਗਾ ਅਤੇ ਮੈਂ ਇਹਦੇ ਨਾਲ ਨਿਭ ਸਕਦਾ। ਤਾਂ ਸਾਨੂੰ ਲੱਗੇ ਵੀ ਸਾਡੇ ਵਿਚਾਰ ਵੀ ਮਿਲਦੇ ਸੀ, ਸੁਭਾਅ ਵੀ ਇੱਕੋ ਜਿਹੇ ਸੀਗੇ ਅਤੇ ਉਹ ਯਾਰੀ ਫਿਰ ਹੌਲੀ ਹੌਲੀ, ਜਿਵੇਂ ਚੀਜ਼ ਕੋਈ ਲੈ ਕੇ ਆਉਣੀ ਮੈਂ, ਕਿਉਂਕਿ ਉਦੋਂ ਕਿਹੜਾ, ਹੁਣ ਤਾਂ ਸਕੂਲਾਂ ਵਾਲੇ ਬੱਚੇ ਕਈ ਵਾਰੀ ਘਰ ਆ ਕੇ ਖਾ ਜਾਂਦੇ ਨੇ ਜਿਵੇਂ ਨੇੜੇ ਸਕੂਲ ਹੁੰਦਾ, ਹੈ ਨਾ। ਤਾਂ ਉਦੋਂ ਆਪਾਂ ਟਿਫਨ ਲੈ ਕੇ ਜਾਂਦੇ ਸੀ ਨਾਲ ਰੋਟੀ ਬਣਾ ਕੇ, ਤਾਂ ਅਸੀਂ ਉਹ ਵੀ ਸਾਂਝੀ ਕਰ ਲੈਣੀ ਇਹਨੇ। ਕਈ ਵਾਰੀ ਇੱਦਾਂ ਵੀ ਹੁੰਦਾ ਸੀ ਵੀ ਹੁੰਦਾ ਹੀ ਇਹ ਕਹਿੰਦੇ ਛੱਡ ਯਾਰ ਆਪਾਂ ਘਰੇ ਚੱਲਦੇ ਹਾਂ, ਕਿਉਂਕਿ ਇਹਦਾ ਸਕੂਲ ਦੇ ਨੇੜੇ ਸੀ ਪਿੰਡ ਘਰ, ਵੀ ਆਪਾਂ ਚੱਲ ਘਰੇ ਜਾ ਕੇ ਖਾਣਾ, ਇਹਨਾਂ ਦੇ ਘਰੇ ਰੋਟੀਆਂ ਬਹੁਤ ਖਾਧੀਆਂ ਨੇ ਛੋਟੇ ਹੁੰਦਿਆਂ ਨੇ। ਇਹੀ ਛੋਟੀਆਂ ਛੋਟੀਆਂ ਚੀਜ਼ਾਂ ਨੇ ਜਿਹੜੀਆਂ ਸਾਨੂੰ ਪਿਆਰ 'ਚ ਬਦਲ ਜਾਂਦੀਆਂ ਨੇ, ਨਿੱਕੇ ਨਿੱਕੇ ਇੱਕ ਦੂਜੇ ਨੂੰ ਚਾਹੇ ਹੈਲਪ ਕਹਿ ਲਓ ਜਾਂ ਮਤਲਬ ਕਹਿ ਲਈਏ ਕਿ ਆਪਾਂ ਇੱਕ ਦੂਜੇ ਦੀ ਲੋੜ ਨੂੰ ਸਮਝਦੇ ਹਾਂ। ਸੋ ਇਹੀ ਦੋਸਤੀ ਹੁੰਦੀ ਹੈ ਮੇਰੇ ਖਿਆਲ ਦੇ ਵਿੱਚ। ਅਤੇ ਕਿਵੇਂ ਫਿਰ ਅੱਗੇ ਤੁਸੀਂ ਮਤਲਬ ਇਹ ਤੁਹਾਡੀ ਦੋਸਤੀ ਜਿਹੜੀ ਕਿੰਨੀ ਪੁਰਾਣੀ ਹੋ ਗਈ? ਪੁਰਾਣੀ ਤੁਸੀਂ ਲਾ ਲਓ ਵੀ 5ਵੀਂ ਕਿੱਥੇ ਸੀਗੀ, 95 'ਚ 96 'ਚ ਇਹਨਾਂ ਦੇ ਪਿੰਡ ਜਾ ਉੱਥੇ ਪਹੁੰਚ ਗਏ ਸੀ ਪੜ੍ਹਨ ਲਈ, ਅਤੇ 97 ਲਾ ਲਓ, 97 3 ਉਹ 24-28 ਸਾਲ ਪੁਰਾਣੀ ਦੋਸਤੀ ਹੋ ਗਈ। ਕਾਫੀ ਲੰਬਾ ਸਫ਼ਰ ਹੈ ਤੁਹਾਡੀ ਦੋਸਤੀ ਦਾ ਅਤੇ ਹੁਣ ਤੱਕ ਜੀ ਚੱਲ ਰਹੀ ਹੈ, ਤਾਂ ਬਹੁਤ ਵੱਡੀ ਗੱਲ ਹੈ ਨਾ। ਪਿਛਲੇ 27-28 ਸਾਲ ਤੋਂ ਤਕਰੀਬਨ ਕੋਈ ਇਹੋ ਜਿਹਾ ਮਹੀਨਾ ਨਹੀਂ ਹੋਣਾ ਵੀ ਜਦੋਂ ਅਸੀਂ ਨਾ ਮਿਲੇ ਹੋਈਏ, 10 ਦਿਨਾਂ ਬਾਅਦ 15 ਦਿਨਾਂ ਬਾਅਦ ਮਿਲਣਾ ਹੀ ਮਿਲਣਾ ਸੀ। ਮਿਲੇ ਵੀ ਨਾ ਹੋਈ, ਇਸ ਦਾ ਇੱਕ ਹੋਰ ਹੁੰਦਾ ਵੀ ਯਾਰੀ 'ਚ ਅਕਸਰ ਹੀ ਆਪਣੀ ਗੂੜੇ ਯਾਰਾਂ 'ਚ ਵੀ ਨਾ
ਕਈ ਵਾਰੀ ਮਨਮੁਟਾਵ ਮਾੜਾ ਮੋਟਾ ਹੋ ਜਾਂਦਾ, ਸਾਡੇ 'ਤੇ ਕਦੇ ਉਹ ਵੀ ਨਹੀਂ ਹੋਇਆ। ਗੱਲ ਕੀ ਵਿਚਾਰ ਮਿਲਦੇ ਨੇ, ਕਈ ਵਾਰ ਤੁਹਾਨੂੰ ਲੱਗਦਾ ਮੇਰੀ ਇੱਕ ਦੂਜੇ ਨੂੰ ਸਮਝਦੇ ਹੋ, ਹਾਂ ਇੱਕ ਦੂਜੇ ਸਮਝਦੇ ਹਾਂ, ਮਤਲਬ ਹੁਣ ਅਸੀਂ ਸਾਡਾ ਬਿਜ਼ਨਸ ਵੀ ਇਕੱਠਾ ਹੁਣ ਹੈ ਨਾ, ਸਾਡੀ ਯਾਰੀ ਇੰਨੀ ਗੁੱਡੀ ਅਸੀਂ ਬਿਜ਼ਨਸ ਵੀ ਕੀਤਾ ਇਕੱਠੇ ਨੇ ਹੈ ਨਾ, ਅਤੇ ਲੇਬਲ ਲਾਇਆ ਆਪਣਾ ਹੈ ਨਾ ਚਾਲਾ ਮਿਊਜ਼ਿਕ, ਅਤੇ ਕੁਛ ਗੱਲਾਂ ਨੇ ਜਿਹੜੀਆਂ ਮੈਨੂੰ ਸ਼ਾਇਦ ਮੈਂ ਜਿਹਨਾਂ 'ਤੇ ਗਲਤ ਹੁੰਦਾ, ਇਹ ਮੈਨੂੰ ਬਹੁਤ ਪਿਆਰ ਨਾਲ ਸਮਝਾ ਦਿੰਦਾ, ਅਤੇ ਕੁਛ ਗੱਲਾਂ ਮੈਂ ਹੁੰਦਾ ਉਹਨੂੰ ਮੈਂ ਦੱਸਦਾ ਰਹਿਣਾ ਵੀ ਯਾਰ ਆਪਾਂ ਐਂ ਕਰਾਂਗੇ, ਆਹ ਕਰਾਂਗੇ, ਉਹ ਕਰਾਂਗੇ, ਮਤਲਬ ਇਹੋ ਜਿਹੀ ਨੌਬਤ ਕਦੇ ਆਈ ਨਹੀਂ ਵੀ ਸਾਨੂੰ ਕਦੇ ਇਹ ਲੱਗਿਆ ਵੀ ਯਾਰ ਮਨੋ ਮਣੀ ਵੀ ਗੁੱਸੇ ਹੋਏ ਹੋਈ ਅਸੀਂ ਕਦੇ। ਇਹ ਸਵਾਲ ਮੈਂ ਤੁਹਾਨੂੰ ਪੁੱਛਣਾ ਹੀ ਸੀਗਾ ਕਿ ਤੁਸੀਂ ਕਦੇ ਇੱਕ ਦੂਜੇ ਨਾਲ ਗੁੱਸੇ ਹੋਏ ਜਾਂ ਲੜਾਈ ਨਹੀਂ ਕਦੇ, ਅੱਜ ਤੱਕ ਅਜੇ ਅਸੀਂ ਲੜੇ ਨਹੀਂ, ਵੈਸੇ ਗੁੱਸਾ ਹੀ ਨਹੀਂ ਆਉਂਦਾ ਇੱਕ ਦੂਜੇ ਸਾਨੂੰ, ਜੇ ਆਉਂਦਾ ਮਾੜਾ ਮੋਟਾ ਆਇਆ ਵੀ ਹੁੰਦਾ ਜਾਂ ਵੇਟ ਕਰਨੀ ਪੈ ਜਾਵੇ ਵੀ ਮੈਂ ਵੇਟ ਕਰੀ ਨਾ ਆਇਆ ਨਹੀਂ, ਤਾਂ ਇਹਨੇ ਆਉਣ ਸਾਰ ਗੱਲ ਹੀ ਇਹੋ ਜਿਹੀ ਕਹਿਣੀ ਆ ਵੀ ਗੁੱਸੇ ਦਾ ਪਤਾ ਹੀ ਨਹੀਂ, ਬਸ ਮਜ਼ਾਕ ਕਰਨਾ ਅਤੇ ਹਾਸੀ ਨਿਕਲਣ ਲੱਗ ਜਾਣੀ ਬੰਦੇ ਨੂੰ, ਮਜ਼ਾਕ ਹੀ ਸੁਭਾਅ ਮਜ਼ਾਕ। ਫਿਰ ਦੂਸਰੀ ਗੱਲ ਇਹ ਵੀ ਜਸਪਾਲ ਦਾ ਜਿਹੜਾ ਖੇਤ ਹੈ ਉਹ ਸਾਡਾ ਪਿੰਡ ਲੰਘ ਕੇ ਹੈ, ਠੁੱਲੇਵਾਲ ਆਉਂਦਾ ਇਹਨਾਂ ਦੇ ਪਿੰਡ ਤੋਂ ਚੱਲ ਕੇ, ਫਿਰ ਅੱਗੇ ਜਲੂਰ ਪਿੰਡ ਆਪਣਾ, ਜਲੂਰ ਦੇ ਰਾਹ 'ਤੇ ਇਹਨਾਂ ਦੇ ਖੇਤ ਨੇ, ਇਹਨੇ ਖੇਤ ਨੂੰ ਜਾਣਾ ਅਕਸਰ, ਉਦੋਂ ਕਿਹੜਾ ਫੋਨ ਵਾਲੇ ਹੁੰਦੇ ਸੀਗੇ, ਇੱਦਾਂ ਮਿਲਦੇ ਹੁੰਦੇ ਤਾਂ ਖੜ੍ਹੇ ਹੁੰਦੇ ਕਿਤੇ ਨੇ ਬਿਠਾਲਣਾ ਰੇੜ ਦੇ ਵਿਆਹ ਚੱਲੀ ਹੋਏ, ਉੱਥੇ ਬੇਰ ਬਹੁਤ ਹੁੰਦੇ ਸੀ ਉਦੋਂ, ਅਮਰੂਦ ਬਹੁਤ ਹੁੰਦੇ ਸੀ, ਨਾਲੇ ਉਹ ਖਾਈ ਜਾਣੇ ਸਾਰੇ ਦਿਹਾੜੀ, ਨਾਲੇ ਇੱਥੇ ਬੈਠਿਆਂ ਨੇ ਗੱਲਾਂ ਕਰੀ ਜਾਣੀ ਆ, ਇਹਨੇ ਪੱਠੇ ਪੁੱਠੇ ਵੱਢ ਲੈਣੇ ਆਪਦੇ ਵਾਪਸ ਇੱਥੇ ਉਤਾਰ ਦੇਣਾ, ਅਤੇ ਇੱਦਾਂ ਹੀ ਬਸ ਸਾਂਝਾਂ ਹੌਲੀ ਹੌਲੀ ਉਹ ਪੱਕੀਆਂ ਹੁੰਦੀਆਂ ਗਈਆਂ। ਫਿਰ ਇਹ ਸਾਡੇ ਪਿੰਡ ਨਾ 1.5 ਸਾਲ ਹੀ ਪੜ੍ਹੇ ਸੀ, ਉਦੋਂ ਬਾਅਦ ਇਹਨਾਂ ਦੇ ਪਿੰਡ ਸਕੂਲ ਬਣ ਗਿਆ ਸੀਗਾ, ਫਿਰ ਇਹ ਵਾਪਸ ਉੱਥੇ ਆਪਣੇ ਪਿੰਡ ਹੀ ਚੱਲ ਗਏ, ਫਿਰ ਸਾਨੂੰ ਮਨ ਕੇ ਮਨ 'ਚ ਖਿੱਚ ਜੀ ਰਹਿੰਦੀ ਵੀ ਮਿਲੀਏ, ਫਿਰ ਜਦੋਂ ਅਸੀਂ ਖੇਤ ਨੂੰ ਜਾਣਾ ਅਸੀਂ ਉਦੋਂ ਇੰਨਾ ਕੋਈ ਸਾਧਨ ਨਹੀਂ ਸੀ, ਜਾਂ ਰੇੜੇ 'ਤੇ ਜਾਂਦੇ ਹੁੰਦੇ ਜਾਂ ਤੁਰ ਕੇ ਜਾਂਦੇ ਹੁੰਦੇ, ਫਿਰ ਇਹਨੂੰ ਆਵਾਜ਼ ਮਾਰ ਲੈਣੀ ਵੀ ਆ ਚੱਲੀਏ ਖੇਤ, ਉੱਧਰ ਬੇਰ ਲਿਆਵਾਂਗੇ ਜਾਂ ਅਮਰੂਦ ਖਾ ਕੇ ਆਵਾਂਗੇ ਜਾਂ ਕਿਤੋਂ ਹੋਰ, ਫਿਰ ਅਸੀਂ ਮਤਲਬ ਜੀ ਹਫ਼ਤੇ 'ਚ ਜਿਸ ਦਿਨ ਸੰਡੇ ਨੂੰ ਜਾਂ ਛੁੱਟੀ ਹੁੰਦੀ ਫਿਰ ਅਸੀਂ ਇਕੱਠੇ ਖੇਤ ਨੂੰ ਜਾਂਦੇ, ਸਾਡੇ ਉੱਥੇ ਬੇਰ ਖਾਂਦੇ ਜਾਂ ਕੋਈ ਅਮਰੂਦ ਖਾਂਦੇ ਜਾਂ ਕੋਈ ਹੋਰ, ਫਿਰ ਖੇਡ ਖੂਡ ਕੇ ਵਾਪਸ ਆਉਂਦੇ, ਇਹ ਸਾਂਝ ਸਾਡੀ ਵੱਧਦੀ ਗਈ ਵੱਧਦੀ ਗਈ। ਹੋਰ ਕੀ ਤੁਹਾਡੇ ਹੁੰਦੇ ਸੀਗੇ ਜਿਵੇਂ ਮਿਲਦੇ ਸੀਗੇ ਤੁਸੀਂ ਸਿੱਧੂ ਸਾਹਿਬ? ਹਾਂ ਜਦੋਂ ਮਿਲਦੇ ਸੀ ਆਪਣੇ ਨਾ ਜਲੂਰ ਪਿੰਡਾਂ ਨੇੜੇ, ਉੱਥੇ ਭੂਰੀ ਵਾਲੇ ਸੰਤਾਂ ਦੀ ਕੁਟੀਆ, ਅਤੇ ਬਹੁਤ ਸੁੰਦਰ ਇਮਾਰਤ ਬਣੀ ਵੀ ਆ ਹੁਣ, ਬਹੁਤ ਸੋਹਣਾ ਹੈ ਨਾ ਬਣਿਆ ਹੋਇਆ ਉੱਥੇ, ਅਤੇ ਉੱਥੇ 10ਵੀਂ ਵੀ ਲੱਗਦੀ ਹੈ ਹਰ ਮਹੀਨੇ, ਅਤੇ ਸਾਲ 'ਚ ਇੱਕ ਵਾਰ ਉੱਥੇ ਮੇਲਾ ਲੱਗਦਾ, ਅਤੇ ਉਹ ਮੇਲੇ 'ਤੇ ਵੀ ਸਾਡੀਆਂ ਬਹੁਤ ਸਾਂਝਾਂ ਇਕੱਠੀਆਂ ਨੇ, 10ਵੀਂ 'ਤੇ ਵੀ ਸਾਂਝਾਂ ਇਕੱਠੀਆਂ ਨੇ, ਕਿਉਂਕਿ ਉੱਥੇ ਤਲਾਅ ਬਣਿਆ ਹੋਇਆ ਸੀ, ਤਲਾਅ 'ਚ ਨਹਾਉਣ ਦਾ ਬੜਾ ਚਾਅ ਹੁੰਦਾ ਸੀ। ਇੱਕ ਵਾਰੀ ਅਸੀਂ ਚੱਲ ਗਏ ਨਹਾਉਣ ਲੱਗੇ ਸੀ, ਜਿਉਂ ਸਵੇਰੇ ਐਤਵਾਰ ਸੀ ਸ਼ਾਇਦ ਉਸ ਦਿਨ ਹੈ ਨਾ ਛੁੱਟੀ ਸੀ, ਟਾਈਮ ਨਾਲ ਹੀ ਚਲੇ ਗਏ ਉਹਦੇ, ਅਸੀਂ ਜਾਵਾਂਗੇ ਕੱਪੜੇ ਲਾ ਕੇ ਸਾਈਡ 'ਤੇ ਅਸੀਂ ਨਹਾਈ ਕਹਿੰਦਾ, ਉਹਨਾਂ ਨੇ ਸਾਨੂੰ ਸੇਵਾਦਾਰਾਂ ਨੇ ਬਹੁਤ ਕਿਹਾ, ਕਹਿੰਦੇ ਯਾਰ ਬਹੁਤ ਹੋ ਗਿਆ ਹੁਣ ਵੀ ਤੁਸੀਂ ਆ ਜਾਓ, ਬਾਕੀ ਸੰਗਤ ਨੇ ਵੀ ਨਹਾਉਣਾ, ਕਹਿੰਦੇ ਅਸੀਂ ਬਹੁਤ ਹੀ ਜਵਾਕ ਪਣਾ ਚਾਂਭਲੇ ਹੋਏ ਸੀਗੇ ਅਸੀਂ ਭਾਈ, ਨਹਾਉਣੋਂ ਹਟੇ ਨਹੀਂ, ਉਹ ਸਾਡੇ ਕੱਪੜੇ ਚੱਕ ਕੇ ਲੈ ਗਏ, ਉਹ ਸੰਤਾਂ ਕੋਲ ਬੈਠੀ ਸੀ ਸੰਗਤ, ਸੰਤ ਹੁੰਦੇ ਸੀਗੇ ਹੈ ਨਾ, ਅਤੇ ਥੋੜ੍ਹੇ ਸਰੀਰ ਦੇ ਭਾਰੇ ਸੀਗੇ ਉਹ, ਚਲੋ ਹੁਣ ਤਾਂ ਸਵਰਗ ਸੁਧਾਰ ਗਏ ਹੈ ਨਾ, ਅਤੇ ਵਿਦਿਆਨੰਦ ਜੀ, ਅਤੇ ਉਹ ਬੈਠੇ ਸੰਗਤ ਬੈਠੀ ਕਾਫੀ, ਅਸੀਂ ਉਹਨੂੰ ਰਿਕੁਐਸਟ ਕੀਤੀ ਕੱਪੜੇ ਦੇ ਦਿਓ, ਕਹਿੰਦੇ ਸੰਤ ਬੈਠੇ ਨੇ, ਗਲਤੀ ਮੰਨੋ ਉੱਥੇ ਪੈਰੀਆਂ ਥਲਾ ਕੇ ਆਓ ਅਤੇ ਕੱਪੜੇ ਲਿਆਓ, ਸਾਡੇ ਕੱਲੇ ਨਿੱਕਰਾਂ ਪਾਈਆਂ ਹੋਈਆਂ, ਸਰੀਰ ਗਿੱਲੇ, ਸਾਡੇ ਨਿੱਕਰ ਸਾਡੀਆਂ ਚੋਣ, ਅਸੀਂ ਸਾਰੀ ਸੰਗਤ ਨਾਲ ਤਾਂ ਸੰਗ ਲੱਗੇ ਉੱਥੇ ਬੈਠਿਆਂ ਨੂੰ, ਅਤੇ ਨਾਲੇ ਸੰਗਤ 'ਚ ਅਸੀਂ ਗਏ, ਫਿਰ ਸੰਤਾਂ ਦੇ ਪੈਰੀਆਂ ਥਲਾ ਕੇ ਮਾਫ਼ੀ ਮੰਗੇ, ਕੱਪੜੇ ਪਾ ਕੇ ਫਿਰ ਅਸੀਂ ਘਰ ਨੂੰ। ਹਰ ਮਹੀਨੇ 10ਵੀਂ ਲੱਗਦੀ ਆ ਉੱਥੇ, ਅਸੀਂ 10ਵੀਂ 'ਤੇ ਜਾਣਾ, ਉੱਥੇ ਇੱਕ ਸਾਡਾ ਬੜਾ ਨਾ ਇੰਟਰਸਟ ਜਿਹਾ ਹੁੰਦਾ ਸੀਗਾ ਵੀ ਉੱਥੇ ਨਾ ਜਦੋਂ ਆਪਾਂ ਲੰਗਰ ਛਕ ਲਿਆ, ਪ੍ਰਸ਼ਾਦਾ ਛਕ ਲੈਂਦੇ ਸੀ, ਉਸ ਤੋਂ ਬਾਅਦ ਫਰੂਟ ਮਿਲਦਾ ਹੁੰਦਾ ਸੀ, ਜਾਂ ਕੇਲੇ ਮਿਲ ਗਿਆ ਜਾਂ ਸੇਬ ਮਿਲ ਗਏ ਹੈ ਨਾ, ਜਾਂ ਅੰਬ, ਯਾਨੀ ਕੇਲੇ ਸੇਬ ਹੁੰਦੇ ਸੀ, ਅੰਬ ਬਹੁਤ ਘੱਟ ਮਿਲਦੇ ਹੁੰਦੇ ਸੀ, ਅਤੇ ਅਸੀਂ ਗਏ, ਅਸੀਂ ਬੈਠੇ, ਅਸੀਂ ਪ੍ਰਸ਼ਾਦਾ ਛਕ ਲਿਆ ਵੀ ਹੁਣ ਇਸ ਤੋਂ ਬਾਅਦ ਫਰੂਟ ਦੇਣਗੇ ਹੈ ਨਾ, ਫਲ ਦੇਣਗੇ, ਅਤੇ ਇਹਨੂੰ ਕੇਲਾ ਮਿਲ ਗਿਆ ਅਤੇ ਮੈਨੂੰ ਅੰਬ ਮਿਲ ਗਿਆ ਨਾ, ਅੰਬ ਦੀ ਕਠੋਰੀ ਜੀ ਮਿਲ ਗਈ, ਮੈਂ ਬੜਾ ਖੁਸ਼ ਵੀ ਮੈਨੂੰ ਵੀ ਸੋਨੀ ਅੰਬ ਮਿਲ ਗਿਆ, ਅਤੇ ਵੀ ਮੈਂ ਖਾਊਂਗਾ ਇਹ ਇਕੱਲੇ ਹੀ, ਤੈਨੂੰ ਨਹੀਂ ਦਿੰਦਾ ਇਹਦੇ 'ਚੋਂ ਹਿੱਸਾ, ਉਹ ਮੈਂ ਜਦੋਂ ਅੱਜ ਧੁੱਟ ਕੇ ਖਾਣ ਲੱਗਿਆ ਉਹ ਅੰਬ ਦੀ ਕਠੋਰੀ ਦੱਬਤੀ,
ਤੋਂ ਗਿਆ ਮੂਹਰਲੇ ਜਿਹੜੀ ਲਾਈਨ 'ਚ ਬੈਠਾ ਸੀਗਾ ਹੈ ਨਾ ਕੋਈ ਬੰਦਾ, ਉਹਦੀ ਥਾਲੀ 'ਚ ਜਾ ਡਿੱਗ ਗਿਆ। ਅਤੇ ਇਹ ਖੁਸ਼ ਵੀ ਹੋਵੇ, ਮੈਨੂੰ ਡਰ ਲੱਗੇ ਵੀ ਹੁਣ ਉਹ ਮੇਰੇ ਮਗਰ ਪਊ, ਮੇਰੇ ਗਾਲਾਂ ਪੈਣੀਆਂ। ਮੈਂ ਹੌਲੀ ਇੱਕ ਦਿਨ ਆਪਦੀ ਥਾਲੀ ਚੱਕੀ, ਮੈਂ ਲੰਘ ਗਿਆ ਅਤੇ ਇਹ ਪਿੱਛੇ ਪਿੱਛੇ ਆ ਕੇ ਕਹਿੰਦਾ ਤੇਰੀ ਅੰਬ ਦੀ ਗਠੋਲੀ ਤਾਂ ਲਿਆ ਬਾਈ ਤੋਂ। ਰਿਸ਼ਤੇਦਾਰ ਆ ਗਿਆ ਤੇ ਜਾ ਕੇ ਬੰਦਾ ਬਿਮਾਰ ਹੁੰਦਾ ਸੀ, ਤੇ ਹੁਣ ਤਾਂ ਫਰੂਟ ਇੰਨਾ ਆਮ ਹੋ ਗਿਆ ਆਪਣੇ ਬੱਚਿਆਂ ਨੂੰ, ਅਹਿਮੀਅਤ ਉਹ ਚੀਜ਼ ਦੀ ਨਹੀਂ ਰਹੀ ਹੈ ਜਿਹੜੀ ਤੁਹਾਨੂੰ ਆਮ ਮਿਲਦੀ ਆ। ਹੁਣ ਆਪਣੇ ਲਈ ਯਾਰ ਫਰੂਟ ਇਹ ਲਾ ਲਓ ਵੀ ਇੱਕ ਸੁਗਾਤ ਹੀ ਹੁੰਦੀ ਸੀ ਵੀ ਹੁਣ ਤਾਂ ਹੀ ਤਾਂ ਚਾਹ ਹੁੰਦਾ ਸੀ ਉੱਥੇ ਜਾਣ ਦਾ। ਫਿਰ ਅਸੀਂ ਇੱਕ ਵਾਰੀ ਮੇਲੇ 'ਤੇ ਚੱਲ ਗਏ ਅਤੇ ਮੇਲੇ 'ਤੇ ਗਏ ਅਸੀਂ, ਮੇਰੇ ਕੋਲ 5 ਰੁਪਈਏ ਅਤੇ ਇਹਦੇ ਕੋਲ 20 ਰੁਪਈਏ, ਅਤੇ ਇਹ ਮੈਨੂੰ ਕਹਿੰਦੇ ਵੀ ਆਪਾਂ ਚੱਲਦੇ ਹਾਂ ਮੇਲਾ ਬਹੁਤ ਨੇੜੇ ਨਾਲ ਦੇਖਾਂਗੇ ਆਪਾਂ। ਮਤਲਬ ਉਦੋਂ ਦੇ 25 ਰੁਪਈਏ, ਇਹ ਲਾ ਲਓ ਵੀ ਅੱਜ ਤਾਂ 2500 ਰੁਪਈਏ ਹੋ ਗਿਆ ਹੈ ਨਾ, ਇੰਨੀ ਜ਼ਿਆਦਾ ਕੀਮਤ ਹੁੰਦੀ ਸੀ ਉਹ ਰੱਖ ਕੇ ਕਾਗਜ਼ 'ਤੇ ਪਕੌੜੇ ਖਾਣੇ ਚੜ੍ਹਨੀ, ਉਹ ਸਵਾਦ ਹੀ ਵੱਖਰਾ ਸੀ, ਉਹ ਸਵਾਦ ਮੁੜ ਕੇ ਤਾਂ ਲੱਭੇ ਨਹੀਂ ਕਦੇ। ਅਤੇ ਇਹਦੇ ਕੋਲ 20 ਰੁਪਏ 25 ਦੇਖਣਾ ਯਾਰ ਬਹੁਤ ਅਮੀਰ ਆਪਾਂ, ਅੱਜ ਤਾਂ ਰਾਜ਼ੀ ਹਾਂ ਅੱਜ ਆਪਾਂ। ਆਪਾਂ 3 ਦਿਨ ਵਿਹਲਾ ਹੁੰਦਾ ਸੀ, ਮਤਲਬ ਅਸੀਂ 25 ਰੁਪਈਆਂ 'ਚ ਆਪਾਂ 3 ਦਿਨ ਮੇਲੇ ਦੇਖਦੇ ਹੁੰਦੇ ਸੀ। ਸਾਡਾ ਪਹਿਲਾ ਦਿਨ ਗਏ ਅਸੀਂ, ਇਹ ਮੈਨੂੰ ਕਹਿੰਦਾ ਯਾਰ 25 ਘੱਟ ਨੇ, ਇਹਦੇ 50 ਬਣਾ ਲਈਏ। ਮੈਂ ਕਿਹਾ ਤੂੰ ਰਹਿਣ ਦੇ, ਇਹ 50 ਬਣਨੇ ਨਹੀਂ, ਮੈਨੂੰ ਪਤਾ ਬੜੇ ਪੇਚੀ ਵੀ ਜਾਣਗੇ। ਕਹਿੰਦਾ ਨਹੀਂ ਮੈਂ ਬਹੁਤ ਐਕਸਪਰਟ ਹਾਂ, ਕਹਿੰਦਾ ਆਪਾਂ ਲਾਟਰੀ ਪਾਉਣੇ ਆ, ਕਹਿੰਦਾ 50 ਰੁਪਈਆ ਖਿੱਚਾਂਗੇ ਮੇਲਾ ਦੇਖਾਂਗੇ 55 ਰੁਪਈਆਂ ਨਾਲ। ਮੈਂ ਬਹੁਤ ਰੋਕਿਆ ਰੋਕਿਆ ਨਹੀਂ, ਇਹਨੇ ਲਾਟਰੀਆਂ 20 ਰੁਪਈਆਂ ਦੇ ਪਾਤੀਆਂ, ਪੱਟ ਦੀਆਂ ਸਾਰੀਆਂ ਖਾਲੀ ਨਿਕਲੀਆਂ, ਸਾਡੇ ਕੋਲ 5 ਹੀ ਰਹਿ ਗਏ ਮੁੜ ਕੇ, ਅਸੀਂ ਲੰਗਰ ਖਾ ਕੇ ਲੰਗਰ ਖਾਂਦੇ ਰਹੇ, ਬਸ ਲੋਕਾਂ ਨੂੰ ਦੇਖਦੇ ਰਹੇ ਵੀ ਯਾਰ ਪਕੌੜੇ ਖਾਈਦੇ ਨੇ ਲੋਕ। ਇਹੀਆਂ ਜੀ ਹਾਲਤਾਂ ਚੱਲਦੀਆਂ ਜੀ। ਹੋਰ ਮਤਲਬ ਹੈ ਜਿਵੇਂ ਸ਼ਰਾਰਤੀ ਤੁਹਾਡੇ 'ਚੋਂ ਕਿਹੜਾ ਜ਼ਿਆਦਾ ਹੈ? ਮਤਲਬ ਇੱਕੋ ਜਿਹੀ ਆ ਯਾਰ, ਹੈ ਨਾ ਵੀ ਜਿਵੇਂ ਇੱਕ ਦੂਜੇ ਨੂੰ ਫਸਾ ਦਿੰਦੇ ਨੇ ਨਾ ਕਿਸੇ ਨਾ ਕਿਸੇ ਕੰਮ 'ਚ। ਹਾਂ, ਫਸਾਉਣ ਵਾਲੀ ਗੱਲ ਇਹ ਆ ਵੀ ਅਸੀਂ ਬਰਨਾਲੇ ਗਏ, ਬਿੱਲ ਭਰਨ ਗਏ ਸੀ ਦੋਨੋਂ। ਮੈਂ ਕਿਹਾ ਜਦੋਂ ਸਾਂਝ ਹੁੰਦੀ ਨਾ ਤੁਹਾਡੀ, ਤੁਸੀਂ ਪਹਿਲਾਂ ਆਪਦੇ ਨਿੱਜੀ ਮਿੱਤਰ ਨੂੰ ਪੁੱਛਦੇ ਹੋ ਵੀ ਚੱਲੀਏ, ਹੁਣ ਵੀ ਆਪਾਂ ਇਹ ਕਰਦੇ ਹਾਂ ਅਕਸਰ ਆਪਾਂ ਜਾਂਦੇ ਹਾਂ ਵੀ ਯਾਰ ਚੱਲੀਏ ਇੱਥੇ ਜਾਣਾ, ਟਾਈਮ ਹੈਗਾ ਜਾਂ ਨੂੰ ਵੀ ਨਾਲ ਲੈ ਜਾਂਦੇ ਹੈ ਨਾ। ਅਤੇ ਬਿੱਲ ਭਰਨਾ ਸੀਗਾ ਬਿਜਲੀ ਦਾ, ਹੁਣ ਤਾਂ ਚਲੋ ਹੁਣ ਤਾਂ ਸਗੋਂ ਔਨਲਾਈਨ ਹੋ ਗਿਆ, ਉਹ ਤਾਂ ਲਾਈਨ 'ਚ ਲੱਗ ਕੇ ਬਿੱਲ ਭਰਨਾ ਪੈਂਦਾ ਸੀਗਾ। ਅਸੀਂ ਦੋਨੋਂ ਚਲੇ ਗਏ ਬਿੱਲ ਭਰਨ ਬਰਨਾਲੇ, ਅਤੇ ਲਾਈਨ ਕਾਫੀ ਲੰਬੀ ਸੀ, ਸਵੇਰੇ ਪਹੁੰਚ ਗਏ ਅਸੀਂ 9 ਵਜੇ ਅਤੇ ਲਾਈਨ 'ਚ ਲੱਗ ਗਏ। ਮੈਂ ਲੱਗ ਗਿਆ, ਮਤਲਬ ਇਹ ਮੇਰੇ ਨਾਲ ਗਿਆ ਸੀ ਸਾਥੀ ਬਣ ਕੇ ਮੇਰਾ, ਇਹਦਾ ਬਿੱਲ ਭਰਿਆ ਹੋਇਆ ਸੀ ਪਹਿਲਾਂ ਹੀ, ਅਤੇ 70-80 ਬੰਦੇ ਮੂਹਰੇ। ਸਾਡੀ 4 ਘੰਟੇ ਬਾਅਦ ਵਾਰੀ ਆਈ, ਵਾਰੀ ਆਉਣ ਤੋਂ ਬਾਅਦ ਮੈਨੂੰ ਪਤਾ ਲੱਗਿਆ ਮੈਂ ਗਲਤ ਲਾਈਨ 'ਚ ਖੜਾ ਸੀ। ਉਹ ਕਹਿੰਦਾ ਤੇਰੇ ਪਿੰਡ ਤਾਂ ਲੈਣੀ ਨਹੀਂ, ਕਹਿੰਦਾ ਪੰਦਰਾਂ ਉਹ ਤੇਰੇ ਪਿੰਡ ਉਹ ਲੈਣਾ, ਕਹਿੰਦਾ ਉੱਥੇ ਮੂਹਰੇ ਫਿਰ 70 ਬੰਦੇ ਦੁਬਾਰਾ, ਫਿਰ ਉਹਨਾਂ ਟਾਈਮ ਲੱਗਿਆ ਸਾਨੂੰ, ਭੁੱਖ ਨਾਲ ਬੁਰਾ ਹਾਲ ਹੋ ਗਿਆ। ਆਉਂਦਾ ਹੈ ਮੈਨੂੰ ਇਹ ਕਹਿੰਦਾ ਵੀ ਯਾਰ ਆਪਾਂ ਸਮੋਸੇ ਖਾਈਏ, ਅਤੇ ਮੈਂ ਕਿਹਾ ਯਾਰ ਚੱਲ ਸਮੋਸੇ ਖਾਂਦੇ ਹਾਂ ਆਪਾਂ। ਅਤੇ ਸਮੋਸੇ ਖਾਣ ਲੱਗੇ ਉਦੋਂ ਨਾ ਵੀ ਸਬਜ਼ੀ ਨਾਲ 2 ਸਮੋਸੇ ਅਤੇ ਸਬਜ਼ੀ ਦੀ ਪਲੇਟ, ਸ਼ਾਇਦ 12 ਰੁਪਏ ਦੀ ਹੁੰਦੀ ਸੀ ਇੱਕ, ਹੈ ਨਾ ਇੱਕ ਪਲੇਟ ਦਿੰਦੇ ਸੀ। ਬੜਾ ਚਾਹ ਹੁੰਦਾ ਸੀ ਦਹੀਂ ਪਾਉਣ ਦੇ ਉੱਪਰ, ਉਹ ਆਪਣੇ ਲਈ ਉਹ ਸਭ ਤੋਂ ਵਧੀਆ ਡਿਸ਼ ਹੁੰਦੀ ਸੀ ਉਹ ਪੇਂਡੂ ਬੰਦੇ ਲਈ, ਸ਼ਹਿਰ ਜਾ ਕੇ ਸਮੋਸੇ ਖਾਣੇ। ਅਤੇ ਇਹ ਮੈਨੂੰ ਕਹਿੰਦੇ ਖਾਈਏ, ਜਾਂ ਚੱਲ ਅਸੀਂ 2 ਪਲੇਟਾਂ ਲੈਣੀ 24 ਰੁਪਈਆਂ ਦੀਆਂ। ਅਤੇ ਮੈਨੂੰ ਇਹ, ਮੈਂ ਥੋੜ੍ਹੇ ਜਿਹੇ ਪਹਿਲਾਂ ਮੁਕਾ 'ਤੇ ਖਾਣ ਤੋਂ, ਮੈਨੂੰ ਜ਼ਿਆਦਾ ਭੁੱਖ ਲੱਗੀ ਸੀ, ਮੈਂ ਕਾਲਾ ਵਾਲਾ ਸੀ, ਛੇਤੀ ਨਿਬੇੜ ਗਿਆ। ਮੈਨੂੰ ਕਹਿੰਦਾ ਮੈਂ ਦੇਖ ਕੇ ਆਉਣਾ ਪੈਸੇ, ਤੂੰ ਇਹ ਦੇਖੀ ਪਿੰਡ ਲਈ ਬੱਸ ਖੜੀ ਆਪਣੇ ਵਾਲੀ, ਅਤੇ ਜਾ ਕੇ ਦੇਖ, ਕਹਿੰਦਾ ਜੇ ਖੜੀ ਸੀ 2 ਮਿੰਟ ਰੋਕ ਲਈ, ਕਹਿੰਦਾ ਮੈਂ ਆ ਗਿਆ। ਅਤੇ ਮੈਂ ਚਲਿਆ ਗਿਆ, ਮੈਂ ਚਲੋ ਦਸ ਪੈਸੇ ਦੇ ਆਊਗਾ ਹੁਣ। ਜਦੋਂ ਮੈਂ ਆ ਗਿਆ ਉੱਥੇ, ਮੈਂ ਬੱਸ ਦੇ ਕੋਲ ਖੜਾ, ਪਿੰਡ ਵਾਲੀ ਬੱਸ ਲੱਗੀ ਖੜੀ ਸੀ। ਇਹ ਮੈਨੂੰ ਕਹਿੰਦਾ ਵੀ ਲੁਕ ਜਾ, ਕਹਿੰਦਾ ਭੱਜ ਜਾ, ਕਹਿੰਦਾ ਇੱਥੋਂ ਲੁਕ ਜਾ, ਕਹਿੰਦਾ ਮੈਂ ਕਿਉਂ ਲੁਕਣਾ, ਕਹਿੰਦੇ ਵਾਸਤੇ ਆ?
ਕਹਿੰਦਾ ਵੀਰੇ ਮੈਂ ਤਾਂ ਆਪਦੇ ਆਪਦੇ ਪੈਸੇ ਦੇ ਕੇ ਆਇਆ, ਮੈਂ ਦੁਕਾਨਦਾਰ ਨੂੰ ਕਿਹਾ ਵੀ ਉਹ ਕੌਣ ਆ ਬੰਦਾ, ਮੈਂ ਨਹੀਂ ਜਾਣਦਾ ਉਹਨੂੰ, ਉਹਦਾ ਬੰਦਾ ਕਿੱਥੋਂ ਸੀ ਬੰਦਾ ਮੇਰੇ ਨਾਲ ਬਹਿ ਖਾ ਗਿਆ, ਮੈਂ ਨਹੀਂ ਜਾਣਦਾ ਉਹਨੂੰ ਕੌਣ ਸੀ ਇਹ। ਕਹਿੰਦਾ ਮੈਂ ਸਿਰਫ ਦੇ ਕੇ ਆਪਦੇ 12 ਰੁਪਈਏ, ਉਹ ਤੇਰੇ 12 ਰੁਪਈਏ ਲੈਣ ਵਾਸਤੇ ਤੈਨੂੰ ਲੱਭਦਾ ਫਿਰਦਾ, ਉਹ ਤੇਰੇ ਪਿੱਛੇ ਆਊਗਾ। ਮੈਂ ਹੁਣ ਡਰ ਗਿਆ, ਕਹਿੰਦਾ ਮੈਂ ਜਵਾਕ ਸੀ, ਇਹ ਕਹਿੰਦੇ ਸ਼ਰਾਰ ਕਰਤੀ, ਮੈਂ ਕਿਹਾ ਐਡੀ ਮਾੜੀ ਕੇ ਦਸਵਾਲ ਮੈਂ ਕਰ ਨਹੀਂ ਸਕਦਾ, ਕਿਵੇਂ ਕਰ ਗਿਆ ਇਹ। ਅਤੇ ਮੈਂ ਲੁਕਦਾ ਫਿਰਾਂ ਬਸ 'ਚ ਉੱਥੇ, ਬੰਦੇ ਨੇ ਤਾਂ ਆਉਣੀ ਕੀ ਸੀ, ਉਦੋਂ ਪੈਸੇ ਦੇ ਆਇਆ ਸੀ ਪਹਿਲਾਂ ਹੀ ਇਹ, ਬਸ 'ਚ ਬਹਿ ਗਏ ਅਸੀਂ, ਲੰਘੇ ਆਏ ਕਰਮਗੜਾ ਕੇ, ਉਹਨੂੰ ਫਿਰ ਦੱਸੇ ਪੈਸੇ ਤਾਂ ਮੈਂ ਦੇ ਆਇਆ ਸੀ, ਮੈਂ ਤੁਹਾਨੂੰ ਡਰਾਉਂਦਾ ਸੀ ਜਾਣ ਕੇ। ਲਹਿਜੀ ਸੀਪ ਮੇਰੇ ਨਾਲ ਲਾ ਜਾਂਦਾ ਸੀ ਇਹ ਵਿੱਚ ਵਿੱਚ ਦੇ ਸਾਡੇ ਪਿੰਡ ਬਾਬਾ ਸੁੰਦਰ ਦਾਸ ਜੀ ਦਾ ਡੇਰਾ ਹੁੰਦਾ ਸੀ, ਉੱਥੇ ਨਾ 12 ਜੇਠ ਨੂੰ ਜਾਂ 12 ਪੋਹ ਨੂੰ ਹੈ ਨਾ ਜੱਗ ਕਰਦੇ ਨੇ ਜਲੇਬੀਆਂ ਦਾ ਜਾਂ ਚੌਲਾਂ ਦਾ। ਇਹ ਜਾਣੀ ਸਾਡਾ ਪਿੰਡ ਇਕੱਠੇ ਹੋਣ ਕਰਕੇ, ਜੇ ਇਹਨਾਂ ਦੇ ਪਿੰਡ ਜੱਗ ਹੋਣਾ ਤਾਂ ਵੀ ਇਕੱਠੇ ਜਾਣਾ, ਸਾਡੇ ਪਿੰਡ ਹੋਣਾ ਤਾਂ ਵੀ ਇਹਨੇ ਆ ਜਾਣਾ। ਅਸੀਂ ਉੱਥੇ ਇਹਨੂੰ ਮੈਂ ਬੁਲਾ ਲੈਣਾ ਵੀ ਅੱਜ ਸਾਡੇ ਪਿੰਡ ਜਲੇਬੀਆਂ ਜੱਗ ਆ, ਤੂੰ ਆ ਜਾਈ, ਆਪਾਂ ਚੱਲਾਂਗੇ ਉੱਥੇ, ਲੰਗਰ ਛਕਾਂਗੇ, ਜਲੇਬੀਆਂ ਖਾਵਾਂਗੇ। ਜਦੋਂ ਅਸੀਂ ਐਨ ਪੂਰਾ ਅਸੀਂ ਥਾਲੀਆਂ ਰੱਖ ਲੈਣੀਆਂ ਬੈਠੇ ਹੋਣਾ ਇਕੱਠੇ, ਅਤੇ ਅਸੀਂ ਪੂਰਾ ਐਂ ਪਤਾ ਹੋਣਾ ਵੀ ਹੁਣ ਰੱਜ ਗਏ। ਉਸ ਤੋਂ ਬਾਅਦ ਮੈਂ ਹੌਲੀ ਕਿਸੇ ਨੇ ਜਲੇਬੀਆਂ ਨੂੰ ਬਣਾਉਣਾ ਵੀ ਬਾਈ ਜਲੇਬੀਆਂ ਦੀ ਮੈਂ ਨਾ ਫੜਨੀ ਆ, ਜਾਂ ਉਹਨੂੰ ਕਹਿਣਾ ਵੀ ਇਹ 'ਚ ਰੱਖ ਦੇ, ਇਹਦੀ ਪਲੇਟ 'ਚ ਰਖਾ ਦੇਣੀ ਆ, ਇਹ ਪੂਰਾ ਰੱਜ ਜਾਣਾ ਹੁੰਦਾ। ਉਦੋਂ ਬਾਅਦ ਮੈਂ ਆਪਦਾ ਥਾਲ ਚੱਕਣਾ, ਮੈਂ ਤੁਰੇ ਆਉਣਾ, ਇਹ ਦੇਖੀ ਜਾਣਾ ਵੀ ਉੱਧਰੋਂ ਬਾਬਾ ਡਾਂਗ ਲਈ ਖੜਾ ਹੁੰਦਾ ਸੀ ਵੀ ਪੁੱਤ ਪਵਾਈਆਂ ਨੇ ਖਾ ਹੁਣ ਇਹਨਾਂ ਨੂੰ, ਖਾ ਖੂ ਤਾਂ ਆਉਂਦਾ ਜਾਂ ਹੌਲੀ ਕਿਤੇ ਜੇਬ ਜੂਬ ਜੂ ਪਾ ਕੇ ਲੈ ਆਉਂਦਾ। ਫਿਰ ਮੈਨੂੰ ਬਾਹਰ ਆ ਕੇ ਕਹਿੰਦਾ ਤੂੰ ਯਾਰ ਬੜਾ ਪਛਾ ਕੇ, ਮੈਨੂੰ ਬਾਬਾ ਵੀ ਉੱਪਰ ਖੜਾ ਸੀ। ਅੱਛਾ, ਮੈਨੂੰ ਪਤਾ ਹੁੰਦਾ ਸੀ ਵੀ ਇਹ ਕਰੂਗਾ, ਫਿਰ ਵੀ ਫਸ ਜਾਂਦੇ ਸੀ। ਮਤਲਬ ਇੰਨੀ ਯਾਰੀ 'ਚ ਉਦੋਂ ਨਾ, ਮਤਲਬ ਜਿਹੜੀ ਸੀਗੀ ਸੁੱਚਮਤਾ ਕਹਿ ਸਕਦੇ ਆਪਾਂ ਇਹਨੂੰ, ਹਨਾ ਵੀ ਯਾਰੀ ਸੁੱਚਮਤਾ ਵਾਲੀ ਹੁੰਦੀ ਸੀਗੀ, ਹਨਾ ਵੀ ਜੇ ਯਾਰ ਨੇ ਕਰਤੀ ਤਾਂ ਕਰਤੀ ਯਾਰ, ਉਹਦਾ ਹੱਕ ਬਣਦਾ ਹੈ ਹਨਾ। ਇਹਨਾਂ ਗੱਲਾਂ ਦਾ ਗੁੱਸਾ ਨਹੀਂ ਲੱਗਦਾ, ਉਹਨਾਂ ਗੁੱਸਾ ਨਹੀਂ ਲੱਗਦਾ, ਚੰਗਾ ਲੱਗਦਾ ਕਿ ਹਾਂ ਯਾਰ ਇਹਨੇ ਮੇਰੇ ਨਾਲ ਕਰੀਏ ਤਾਂ ਮੇਰੇ ਨਾਲ ਕੋਈ ਮੋਹ ਪਿਆਰ ਰੱਖਦਾ। ਸੋ ਇਹੀ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਸਾਨੂੰ ਪਰਪੱਕ ਕਰਦੀਆਂ ਨੇ ਦੋਸਤੀ ਦੇ ਵਿੱਚ। ਫਿਰ ਜਦੋਂ ਅਸੀਂ ਪਿੰਡ ਪੜ੍ਹਦੇ ਸੀਗੇ ਨੰਗਲ, ਤਾਂ ਉੱਥੇ ਪੰਚਾਇਤ ਫਿਲਮ ਦੀ ਸ਼ੂਟਿੰਗ ਹੋਈ ਸੀ। ਅੱਛਾ, ਪੰਜਾਬੀ ਫਿਲਮ ਆਈ ਸੀ ਪੰਚਾਇਤ, ਅਤੇ ਪਹਿਲੀ ਵਾਰ ਸ਼ੂਟਿੰਗ ਹੋਈ ਸੀ ਆਪਣੇ ਨੇੜੇ ਤੇੜੇ, ਆਪਣੇ ਲਈ ਮਤਲਬ ਬਹੁਤ ਵੱਡਾ ਹਊਆ ਸੀ ਉਹ ਵੀ ਸ਼ੂਟਿੰਗ ਕਿੱਦਾਂ ਹੁੰਦੀ ਆ, ਕਿਵੇਂ ਹੁੰਦੀ ਆ, ਚਾਅ ਬਹੁਤ ਸੀ ਸ਼ੂਟਿੰਗ ਦੇਖਣ ਦਾ। ਅੱਧੀ ਛੁੱਟੀ ਹੋਈ, ਅਸੀਂ ਦੋਨੇ ਸ਼ੂਟਿੰਗ ਦੇਖਣ ਆ ਗਏ। ਇੱਕ ਸੀਨ ਚੱਲਦਾ ਸੀ, ਕੋਈ ਬੰਦਾ ਪੋਸਟਰ ਲਾ ਕੇ ਜਾਂਦਾ, ਦੂਜਾ ਬੰਦਾ ਪੋਸਟਰ ਪਾੜ ਦਿੰਦਾ, ਉਹ ਵਿਚਾਰਾ ਥੋੜ੍ਹਾ ਜਿਹਾ ਲੱਤ ਤੋਂ ਲੰਘਣਾ ਦਿਖਾਇਆ ਸੀ ਫਿਲਮ ਦੇ ਵਿੱਚ, ਉਹਨੂੰ ਕੁੱਟਦਾ ਬੰਦ ਜਿਹੜਾ ਮੇਨ ਦੂਜੇ ਪਾਸੇ ਖੜਾ ਸਾਨੂੰ ਸਰਪੰਚੀ ਸੀ ਨਾ, ਕੁੱਟਦਾ। ਅਸੀਂ ਸੀਨ ਦੇ ਵਿੱਚ ਇੰਨਾ ਖੁੱਭ ਕੇ ਟਾਈਮ ਬਤੀਨ ਲੱਗਿਆ, ਨਾ ਤਾਂ ਫੋਨ ਹੀ ਹੁੰਦੇ ਸੀ ਨਾ ਘੜੀ ਹੁੰਦੀ ਸੀ ਉਦੋਂ। ਸ਼ੂਟਿੰਗ ਦੇਖੀ ਗਏ, ਜਦੋਂ ਖਿਆਲ ਆਇਆ ਵੀ ਆਪਾਂ ਸਕੂਲ ਜਾਣਾ ਵਾਪਸ, ਤਾਂ ਮੁੜ ਕੇ ਸਕੂਲ ਗਿਆ, ਛੁੱਟੀ ਹੋ ਗਈ, ਝੋਲੇ ਅੰਦਰ ਰਹਿ ਗਏ, ਲੋਕ ਲੱਗ ਕੇ ਸਾਰੇ ਚਲੇ ਗਏ। ਅਗਲੇ ਦਿਨ ਫਿਰ ਮੁਰਗੇ ਬਣੇ ਵੀਰੇ, ਮੁਰਗੇ ਬਣ ਤੋਂ ਬਾਅਦ ਝੋਲੇ ਮਿਲੇ, ਫਿਰ ਕਹਿੰਦੇ ਜੀ ਆਓ ਪਹਿਲਾਂ ਸ਼ੂਟਿੰਗ, ਪਹਿਲਾਂ ਤਾਂ ਸ਼ੂਟਿੰਗ ਵਾਲੇ ਆਏ, ਤੁਹਾਨੂੰ ਦਿਖਾਉਣੇ, ਕਹਿੰਦੇ ਤੁਹਾਡੀ ਫਿਲਮ ਬਣਾਉਣੀ ਹੈ, ਸਵੇਰੇ ਪ੍ਰੇਅਰ ਹੋਈ ਟੀਚਰਾਂ ਨੇ, ਉਹ ਕਹਿੰਦੇ ਪਹਿਲਾਂ ਤਾਂ ਸ਼ੂਟਿੰਗ ਵਾਲੇ ਆ ਜਾਓ ਬਾਹਰ। ਮਤਲਬ ਇਹੋ ਜਿਹਾ ਸਮਾਂ ਬਹੁਤ ਅੱਛਾ ਸੀ ਯਾਰ, ਸਿੱਧੂ ਸਾਹਿਬ ਜੀ ਗੱਲ ਕਰੀ ਨਾ ਵਕਤ ਦੀ ਆਪਾਂ, ਅਤੇ ਸਬਰ ਸੀ, ਸੰਤੋਖ ਸੀ ਬਹੁਤ ਜ਼ਿਆਦਾ। ਟੀ ਵੀ ਕਿਸੇ ਕਿਸੇ ਘਰ ਹੋਣਾ, ਅਤੇ ਉਹਦਾ ਚਾਅ ਇੰਨਾ ਹੋਣਾ, ਫਿਰ ਟੀ ਵੀ ਜਿਹਦੇ ਘਰ ਹੁੰਦਾ ਸੀ ਉਹ ਬੰਦਾ ਲੜ ਵੀ ਰਾਜਾ ਹੁੰਦਾ ਸੀ, ਉਹ ਜਿਹੜੇ ਕੰਮ ਕਹਿੰਦੇ ਸੀ ਕਰਨੇ ਪੈਂਦੇ ਸੀ। ਹਾਂ ਬਿਲਕੁਲ, ਕਿਉਂਕਿ ਉਹ ਸਾਨੂੰ ਵੀ ਕੰਮ ਨਹੀਂ ਸੀ ਲੱਗਦੇ ਨਾ, ਸਾਨੂੰ ਹੁੰਦਾ ਸੀ ਟੀ ਵੀ ਦੇਖਣ ਨੂੰ ਮਿਲ, ਟੀ ਵੀ ਦੇਖਣ ਨੂੰ ਮਿਲ ਗਿਆ ਥਕਾਵਟ। ਫਿਰ ਇਹ ਐਵੇਂ ਸੀ ਸਕੂਲ ਟਾਈਮ ਤੋਂ ਹੀ ਇਹ ਇਹਨੂੰ ਸੀਗਾ ਸ਼ੌਂਕ, ਕਬੱਡੀ ਦਾ ਬਹੁਤ ਸੋਹਣਾ ਪਲੇਅਰ ਸੀ ਇਹ, ਸਕੂਲ 'ਚ ਵੀ ਜਿੰਨੇ ਕੰਪੀਟੀਸ਼ਨ ਹੁੰਦੇ ਸੀਗੇ ਉਹਨਾਂ 'ਚ ਇਹ ਤਕਰੀਬਨ ਭਾਗ ਲੈਂਦਾ ਸੀ, ਤਾਂ ਇਹ ਅੱਛਾ ਪਰਫੋਰਮ ਕਰਦਾ ਸੀ। ਅਤੇ ਖੁਸ਼ੀ ਉਹ ਨਹੀਂ ਹੁੰਦੀ ਨਹੀਂ ਕਿ ਯਾਰ ਵਾਲੀ ਖੁਸ਼ੀ ਯਾਰ, ਵੀ ਜੇ ਕੋਈ ਮੇਰਾ ਕੰਮ ਬਣਨਾ ਤਾਂ ਇਹਨੂੰ ਬਹੁਤ ਚਾਅ ਚੜ੍ਹਨਾ, ਤਾਂ ਇਹਦਾ ਕੋਈ ਬਣਨਾ ਤਾਂ ਮੈਨੂੰ ਬਹੁਤ ਚਾਅ ਚੜ੍ਹਨਾ। ਅਤੇ ਫਿਰ ਇਹ ਨਾ ਸਕੂਲ ਟਾਈਮ 'ਤੇ ਕਬੱਡੀ 'ਚ ਸੋਹਣਾ ਲੱਗ ਗਿਆ ਸੀ ਖੇਡਣ, ਹੌਲੀ ਹੌਲੀ ਫਿਰ ਜਿਵੇਂ ਜਿਵੇਂ ਉਮਰ ਵੱਧਦੀ ਗਈ ਵੱਡੇ ਹੁੰਦੇ ਗਏ, ਤਾਂ ਕਬੱਡੀ ਦਾ ਬਹੁਤ ਅੱਛਾ ਪਲੇਅਰ ਰਿਹਾ। ਫਿਰ ਟੂਰਨਾਮੈਂਟ ਸਾਡੇ ਪਿੰਡ ਹੋਣਾ, ਉੱਥੇ ਵੀ ਇਹਨੇ ਖੇਡਣ ਆਉਣਾ,
ਤਾਂ ਜਦੋਂ ਸਪੀਕਰ 'ਚ ਨਾਂ ਬੋਲਦੇ ਸੀ ਵੀ ਹੁਣ ਜਸਪਾਲ ਸਿੰਘ ਤੋਤਾ ਤੋਤਾ ਛੋਟਾ ਨਾਮ ਹੈ ਇਹਦਾ ਵੀ ਚੱਲਿਆ ਰੇਡ 'ਤੇ ਤਾਂ ਬੜੀ ਖੁਸ਼ੀ ਜਿਹੀ ਹੁੰਦੀ ਸੀ ਯਾਰ ਵੀ ਯਾਰ ਵੀ ਸਾਡੇ ਨਾਲ ਦੇ ਬੰਦੇ ਅੱਜ ਨਾਂ ਬੋਲਦਾ ਹੈ ਨਾ ਸੁਣ ਕੇ ਚੰਗਾ ਲੱਗਦਾ ਸੀ। ਬਿਲਕੁਲ ਦੋਸਤੀ ਦੇ ਵਿੱਚ ਇੱਕ ਦੂਜੇ ਦੀ ਖੁਸ਼ੀ ਹੁੰਦੀ ਆ, ਈਗੋ ਈਰਖਾ ਨਹੀਂ ਹੁੰਦੀ, ਆਮ ਰਿਸ਼ਤਿਆਂ 'ਚ ਬੇਸ਼ੱਕ ਹੋ ਜਾਂਦੀ ਹੈ, ਦੋਸਤੀ ਇਸ ਲਈ ਵੱਖਰੀ ਹੈ। ਦਸਵੀਂ 'ਚ ਇਹਨਾਂ ਨੇ ਸੋਨੀ ਦਸਵੀਂ ਕਰਨ ਤੋਂ ਬਾਅਦ ਫਿਰ ਇਹ ਫੋਟੋਗ੍ਰਾਫੀ ਦਾ ਕੰਮ ਕਰਨ ਲੱਗ ਗਿਆ ਜੀ, ਸਿੱਖਣ ਲੱਗ ਗਿਆ ਜੀ। ਅਸੀਂ ਉੱਥੇ ਫਿਰ ਪੜ੍ਹਨ ਲੱਗੇ ਸ਼ੇਰਪੁਰ, ਫਿਰ ਇਹਦੇ ਕੋਲ ਦੁਕਾਨ 'ਤੇ ਜਾਣਾ, ਫੋਟੋ ਕਰਵਾਉਣੀ ਜਾਂ ਉੱਥੇ ਬੈਠੇ ਗੱਲਾਂ ਮਾਰਨੀਆਂ, ਫਿਰ ਤਾਂ ਸਾਡੀ ਸਾਂਝ ਹੋਰ ਵੀ ਹੋ ਗਈ। ਫਿਰ ਤਾਂ ਡੇਲੀ, ਫਿਰ ਇਹ ਵੀ ਸੀ ਡੇਲੀ ਆਉਣਾ, ਫਿਰ ਇਹਨੇ ਪ੍ਰੋਗਰਾਮਾਂ ਦਾ ਵੀ ਉਦੋਂ ਹੁੰਦਾ ਸੀ ਯਾਰ ਆ ਸਾਡਾ ਆਪਦੇ ਰਿਸ਼ਤੇ ਦੇ ਪ੍ਰੋਗਰਾਮ ਹੋਣੇ, ਕੋਈ ਉਹਨੇ ਕਹਿਣਾ ਵੀ ਯਾਰ ਸਾਡਾ ਯਾਰ ਉਹਨੂੰ ਲੈ ਕੇ ਆਵਾਂਗੇ ਅਸੀਂ, ਪਰ ਇਹ ਸਾਰੀ ਹੌਲੀ ਹੌਲੀ ਮੈਨੂੰ ਇਹ ਮਾਣ ਹੁੰਦਾ, ਇਹ ਮਾਣ ਹੁੰਦਾ, ਸਹੀ ਗੱਲ ਆ, ਇਹ ਮਾਣ ਹੁੰਦਾ। ਕੰਮ ਕਾਰ ਤਾਂ ਹੋ ਹੀ ਜਾਣੇ ਹੁੰਦੇ। ਹਾਂ, ਕੰਮ ਕਾਰ ਤਾਂ ਹੋ ਹੀ ਜਾਣੇ ਹੁੰਦੇ ਨੇ, ਆਪਦੇ ਦਾ ਮਾਣ ਹੁੰਦਾ ਕਿ ਸਾਡਾ ਕਰੂ। ਅੱਛਾ, ਕੋਈ ਇਹੋ ਜਿਹੀ ਗੱਲ ਇੱਕ ਦੂਜੇ ਦੀ ਤੁਹਾਨੂੰ ਚੰਗੀ ਨਾ ਲੱਗਦੀ ਹੋਵੇ ਜੀ, ਅਤੇ ਖਿੱਚ ਚੜ੍ਹਦੀ ਹੋਵੇ ਜਾਂ ਇਹ ਹੋਵੇ ਵੀ ਕਿ ਯਾਰ ਇਹਨੂੰ ਚੇਂਜ ਕਰਨੀ ਚਾਹੀਦੀ ਹੈ, ਠੀਕ ਨਹੀਂ ਇਹਦੇ 'ਚ? ਹਾਂ ਹੈਗੀਆਂ ਨੇ, ਜਿਵੇਂ ਨਾ ਸੋਨੀ ਨੂੰ ਆਹ ਆ ਗਿਆ ਵੀ ਇਹ ਵਿਸ਼ਵਾਸ ਰਿਕ 'ਤੇ ਕਰ ਲੈਂਦਾ ਮੁੜ ਕੇ ਕਈ ਵਾਰੀ। ਚਲੋ ਕਈ ਬੰਦੇ ਵਧੀਆ ਵੀ ਹੁੰਦੇ ਨੇ, ਕਈ ਨਹੀਂ ਹੁੰਦੇ, ਉਹ ਜਦੋਂ ਫਿਰ ਧੋਖਾ ਜਿਹਾ ਕਰ ਜਾ ਫਿਰ ਇਹ ਕਹਿੰਦਾ ਯਾਰ ਉਹ ਬੰਦਾ ਵਧੀਆ ਨਹੀਂ ਨਿਕਲਿਆ। ਫਿਰ ਮੈਨੂੰ ਇਹ 'ਤੇ ਗੁੱਸਾ ਆਉਣਾ ਵੀ ਯਾਰ ਤੈਨੂੰ ਮੈਂ ਕਿਹਾ ਸੀ ਤੂੰ ਇੱਥੇ ਪਹਿਲੀ ਵਾਰ 'ਚ ਹੀ ਵਿਸ਼ਵਾਸ ਕਰ ਲਿਆ, ਵੀ ਤੂੰ ਨਾ ਵਿਸ਼ਵਾਸ ਕਰਿਆ ਕਰ, ਮੁੜ ਕੇ ਤੂੰ ਫਿਰ ਔਖਾ ਹੁੰਦਾ ਵੀ ਯਾਰ ਉਹ ਐਂ ਕਰ ਗਿਆ ਐਂ ਕਰ ਗਿਆ। ਇਹਨੂੰ ਮੈਨੂੰ ਬਹੁਤ ਇਹ ਤਲਾਸ, ਫਿਰ ਇਹਨੂੰ ਟੋਕਦਾ ਹੁਣ ਇਹ ਠੀਕ ਹੋ। ਹਾਂ, ਮਤਲਬ ਇਸ ਗੱਲ 'ਤੇ ਸਹੀ ਗੱਲ ਆ ਸਿੱਧੂ ਸਾਹਿਬ, ਮਤਲਬ ਜਸਪਾਲ ਨੇ ਮੈਨੂੰ ਬਹੁਤ ਸਪੋਰਟ ਕੀਤੀ ਯਾਰ। ਅਸਲ 'ਚ ਕਹਿੰਦਾ ਯਾਰੀ ਦੋਸਤੀ ਸਪੋਰਟ ਹੀ ਹੁੰਦੀ ਹੈ, ਬਿਜ਼ਨਸ ਲਈ ਵੀ ਜਿਹੜਾ ਹੁਣ ਕਰ ਰਹੇ ਹਾਂ ਮਿਊਜ਼ਿਕ ਲਾਈਨ ਨਾਲ ਇਹਦਾ ਕੋਈ ਸੰਬੰਧ ਨਹੀਂ। ਸਾਡਾ ਨਾਲ ਦੋਸਤ ਹੈ ਮਨਦੀਪ ਮੱਲੀ, ਉਹ ਵੀ ਚੰਗਾ ਸਾਥ ਦੇ ਰਿਹਾ ਸਾਡਾ, ਹੈ ਨਾ? ਅਤੇ ਮੈਂ ਉਹਨੂੰ ਕਰੀ ਕਿਹਾ ਯਾਰ ਵੀ ਜਸਪਾਲ ਆਪਾਂ ਆਹ ਕੰਮ ਕਰ ਲਈਏ ਤਾਂ ਇਹਦਾ ਫਿਊਚਰ ਆਹ ਆਇਆ, ਆਪਾਂ ਇੱਦਾਂ ਕਰ ਸਕਦੇ ਹਾਂ। ਇਹਨੇ ਮੈਨੂੰ ਕੋਈ ਸਵਾਲ ਨਹੀਂ ਕੀਤਾ, ਕੁਛ ਪੁੱਛਿਆ ਨਹੀਂ, ਇਹ ਕਹਿੰਦਾ ਓਕੇ ਆ। ਮਤਲਬ ਇਹ ਸਪੋਰਟ ਬਹੁਤ ਵੱਡੀ ਹੁੰਦੀ ਆ। ਮਤਲਬ ਜੇ ਕੱਲ੍ਹ ਨੂੰ ਬਾਬੇ ਦੀ ਮਿਹਰ ਨਾਲ ਆਪਣਾ ਲੈਵਲ ਕਿਤੇ ਵੀ ਜਾਂਦਾ, ਕਿਸ ਮੁਕਾਮ 'ਤੇ ਪਹੁੰਚਦੇ ਆਪਾਂ, ਤਾਂ ਜਿਹੜੀ ਵੀ ਲਾ ਲਓ ਵੀ ਮੈਂ ਸਕਸੈਸ ਹੁੰਦਾ, ਤਾਂ ਮੇਰੇ ਸਰਕਲ ਦਾ, ਮੇਰੇ ਯਾਰ ਦੋਸਤਾਂ ਦਾ, ਖਾਸ ਕਰ ਜਸਪਾਲ ਦਾ ਬਹੁਤ ਵੱਡਾ ਹੱਥ ਹੋਊਗਾ ਇਸ ਚੀਜ਼ 'ਚ। ਬਿਲਕੁਲ, ਦੋਸਤ ਹੀ ਹੁੰਦੇ ਨੇ ਜਿਹੜੇ ਤੁਹਾਨੂੰ ਸਾਂਭਦੇ ਨੇ ਔਖੇ ਸੌਖੇ ਵੇਲਿਆਂ ਦੇ ਵਿੱਚ, ਤੁਹਾਨੂੰ ਚੰਗੇ ਮਾੜੇ ਦੀ ਜਾਣ ਪਹਿਚਾਣ ਕਰਾਉਂਦੇ ਨੇ ਕਿ ਯਾਰ ਇਹ ਕਰਨਾ ਚਾਹੀਦਾ। ਜਿਵੇਂ ਜਸਪਾਲ ਨੇ ਕਿਹਾ ਕਿ ਹਾਂ, ਜਸਪਾਲ ਮੈਨੂੰ ਜਿਹੜੀ ਗੱਲਾਂ ਤੋਂ ਰੋਕਦਾ ਮੈਨੂੰ ਚੰਗਾ ਲੱਗਦਾ, ਔਰ ਮੈਂ ਅਪਲਾਈ ਵੀ ਕਰਦਾ ਆਪਦੇ ਆਪ 'ਤੇ। ਇਹ ਨਹੀਂ ਹੁੰਦਾ ਵੀ ਇੱਕ ਤਾਂ ਹੁੰਦਾ ਬੰਦੇ ਨੇ ਵੀ ਯਾਰ ਸਿਰਫ ਦੋਸਤੀ ਰੱਖਣ ਲਈ ਗੱਲ ਮੰਨ ਲਈ, ਸੁਣ ਲਈ ਮੰਨੀ ਨਹੀਂ, ਪਰ ਮੈਂ ਇਹਦੀ ਗੱਲ ਨੂੰ ਅਪਲਾਈ ਕਰਦਾ ਕਿਉਂਕਿ ਚੰਗੀ, ਕਿਉਂਕਿ ਇਹਦਾ ਐਕਸਪੀਰੀਅੰਸ ਪਤਾ ਕੀ ਹੈ ਸਿੱਧੂ ਸਾਹਿਬ, ਇਹ ਹੁਣ ਪੁਲਿਸ ਮੁਲਾਜ਼ਮ ਆ ਅਤੇ ਇਹਦਾ ਨਿੱਤ ਨਵੇਂ ਬੰਦੇ ਨਾਲ ਵਾਹ ਪੈਂਦਾ, ਚੰਗੇ ਤੋਂ ਚੰਗੇ ਨਾਲ, ਮਾੜੇ ਤੋਂ ਮਾੜੇ ਨਾਲ। ਹੁਣ ਇਹ ਮਿੰਟ 'ਚ ਜੱਜ ਕਰ ਲੈਂਦਾ, ਓਬਜ਼ਰਵ ਕਰ ਲੈਂਦਾ, ਅਸੀਂ ਕਿਤੇ ਨਾ ਕਿਤੇ ਉਹ ਕੰਮ 'ਚ ਮਾਰ ਖਾ ਜਾਂਦੇ, ਸਾਨੂੰ ਲਾ ਲਓ ਜਿਹਨੇ ਚੰਗੀ ਗੱਲ ਕਹਿਤੀ ਆ ਕੇ ਤਾਂ ਉਹ ਚੰਗਾ ਹੀ ਆ, ਮਤਲਬ ਅਕਸਰ ਇੱਦਾਂ ਹੁੰਦਾ ਨਹੀਂ। ਹਾਂ ਬਿਲਕੁਲ, ਇਹ ਅੱਜ ਜ਼ਮਾਨਾ ਹੋਰ ਹੈ ਅਤੇ ਮੇਰੇ ਖਿਆਲ 'ਚ ਕਈ ਵਾਰੀ ਬੰਦੇ ਦਾ ਜਿਹੜਾ ਮਨ ਭੋਲਾ ਹੁੰਦਾ ਕਈ ਬੰਦਿਆਂ ਦਾ, ਉਹਨੂੰ ਪਰਖ ਨਹੀਂ ਕਰਨੀ ਆਉਂਦੀ ਕਿ ਕਹਿ ਲਓ ਜਾਂ ਕਹਿ ਲਓ ਵੀ ਉਹਦਾ ਭੋਲਾਪਣ ਹੁੰਦਾ ਜਿਹੜਾ ਉਹ ਉਹਨੂੰ ਨੁਕਸਾਨ ਪਹੁੰਚਾ ਦਿੰਦਾ। ਕੁਛ ਹੀ ਚੀਜ਼ਾਂ ਹੁੰਦੀਆਂ ਨੇ ਦੁਨੀਆਦਾਰੀ ਦੇ ਵਿੱਚ, ਬਦਲਣਾ ਵੀ ਜ਼ਰੂਰੀ ਹੈ ਆਪਦੇ ਆਪ ਨੂੰ। ਫਿਰ ਜਦੋਂ ਇਹ ਭਰਤੀ ਹੋਇਆ ਉਦੋਂ ਵੀ ਬਹੁਤ ਖੁਸ਼ੀ ਹੋਈ, ਬੜਾ ਮਤਲਬ ਚੰਗਾ ਲੱਗਿਆ ਵੀ ਯਾਰ ਸਾਡੇ ਜਿਹੜੇ ਇਕੱਠੇ ਤੁਰੇ ਹਾਂ ਅਸੀਂ, ਜਿਨ੍ਹਾਂ ਨੇ ਉਹ ਹਾਲਾਤ ਵੀ ਦੇਖੇ ਹੋਏ ਨੇ, ਮਤਲਬ ਹੈ ਨਾ ਵੀ ਜਦੋਂ ਦੋ ਵਕਤ ਦੀ ਰੋਟੀ ਦਾ ਵੀ ਐਂ ਹੁੰਦਾ ਸੀ ਵੀ ਯਾਰ, ਹੈ ਨਾ? ਅਤੇ ਉਹ ਹੁਣ ਸਕਸੈਸ ਹੋ ਰਹੇ ਨੇ, ਅੱਗੇ ਵੱਧ ਰਹੇ ਨੇ, ਤਾਂ ਬੜਾ ਬੜਾ ਮੈਨੂੰ ਇਹ ਵੀ ਆ, ਮੇਰੀ ਦਿਲੀ ਇੱਛਾ ਹੈ, ਮੈਂ ਅਰਦਾਸ ਵੀ ਕਰਦਾ ਮਾਲਕ ਨੂੰ ਵੀ ਮੈਂ ਇਹਨੂੰ ਬਹੁਤ ਵੱਡੇ ਅਹੁਦੇ 'ਤੇ ਦੇਖਣਾ ਚਾਹੁੰਦਾ ਵੀ ਇਹ ਬਹੁਤ ਵੱਡੇ ਅਹੁਦੇ ਤੋਂ ਰਿਟਾਇਰ ਹੋਵੇ। ਅੱਛਾ, ਆਪਣਾ ਸਵਾਲ ਵਿੱਚ ਸੀਗਾ ਕਿ ਤੁਹਾਨੂੰ ਕਿਹੜੀ ਕਿਹੜੀ ਗੱਲ ਲੱਗਦੀ ਹੈ ਇੱਕ ਦੂਜੇ ਦੀ ਬਦਲਣ ਲਈ? ਜਸਪਾਲ ਨੇ ਤਾਂ ਦੱਸਤੀ, ਅਤੇ ਜਸਪਾਲ 'ਚ ਕਿਹੜੀ ਗੱਲ ਲੱਗਦੀ ਆ ਕਿ ਯਾਰ ਇਹ ਗੱਲ ਇਹ 'ਚ ਨਹੀਂ ਹੋਣੀ ਚਾਹੀਦੀ? ਯਾਰ ਮੈਨੂੰ ਸੱਚੀ ਦੱਸਾਂ ਕੋਈ ਲੱਗਦੀ ਨਹੀਂ ਹੈ, ਅਤੇ ਮੈਨੂੰ ਪਰਫੈਕਟ ਲੱਗਦਾ ਹੈ। ਸਹੀ ਗੱਲ ਆ, ਮੈਨੂੰ ਕੋਈ ਹੈ ਨਹੀਂ ਇੱਦਾਂ ਦੀ ਗੱਲ, ਠੀਕ ਹੈ, ਮੈਂ ਕਹਿ ਸਕਾਂ ਵੀ ਇਹਨੂੰ ਚੇਂਜ ਕਰਨੀ ਚਾਹੀਦੀ, ਮੈਨੂੰ ਕਦੇ ਕਦੇ ਹੋਇਆ ਨਹੀਂ ਇੱਦਾਂ,
ਕਦੇ ਵੀ ਨਹੀਂ ਹੋਇਆ ਕੋਈ ਇਹ ਮੈਨੂੰ ਲੱਗੇ ਵੀ ਯਾਰ ਜਸਪਾਲ ਦੀ ਇਹ ਗੱਲ ਮਾੜੀ ਹੈ ਇਹ ਬਦਲ ਲਏ ਤਾਂ ਜ਼ਿਆਦਾ ਵਧੀਆ ਰਹੂਗਾ, ਇਹ ਵੈਸੇ ਹੀ ਪਰਫੈਕਟ ਹੈ, ਸਮਝਦਾਰ ਬੰਦਾ ਹੈ ਜ਼ਿਆਦਾ। ਅੱਛਾ ਇੱਕ ਆਪਣਾ ਸਵਾਲ ਸੀਗਾ ਕਿ ਤੁਸੀਂ ਕਦੇ ਕਿਸੇ ਨੂੰ ਫਸਾਇਆ ਜਿਵੇਂ ਤੁਸੀਂ ਦੱਸੀਆਂ ਸ਼ਰਾਰਤਾਂ, ਕਦੇ ਬਚਾਇਆ ਹੋਵੇ ਕਿਸੇ ਚੀਜ਼ 'ਚੋਂ ਯਾਰ ਵੀ ਉਹ ਬੰਦਾ ਫਸ ਗਿਆ ਮੇਰੇ ਨਾਲ ਦਾ ਨਾ, ਅਤੇ ਆਪਾਂ ਉਸ ਚੀਜ਼ ਨੂੰ ਕਵਰ ਅਪ ਕਰਕੇ ਹੁਣ ਕੱਢਿਆ ਹੋਵੇ ਉਸ ਮੁਸ਼ਕਿਲ 'ਚੋਂ? ਮਤਲਬ ਸ਼ਾਇਦ ਇੱਦਾਂ ਦੀ ਘਟਨਾ ਕੋਈ ਨਹੀਂ ਸਾਡੇ ਨਾਲ ਵਾਪਰੀ ਕਦੇ ਵੀ, ਉਵੇਂ ਐਂ ਆ ਵੀ ਖੜ੍ਹੇ ਹਮੇਸ਼ਾ ਇੱਕ ਦੂਸਰੇ ਲਈ ਬਹੁਤ ਜ਼ਿਆਦਾ ਖੜ੍ਹੇ ਆ, ਹੈ ਨਾ, ਮਤਲਬ ਇਹੋ ਜਿਹੀ ਸਥਿਤੀ ਕਦੇ ਬਣੀ ਨਹੀਂ ਵੀ ਕੋਈ ਇੱਦਾਂ ਦੀ ਨੌਬਤ ਆਈ ਹੋਵੇ ਕਦੇ ਅੱਗੇ ਆਉਣਾ ਪਿਆ ਹੋਵੇ। ਤੁਸੀਂ ਇੱਕ ਦੂਜੇ ਨੂੰ ਇੱਕ ਸ਼ਬਦ 'ਚ ਡਿਫਾਈਨ ਕਰਨਾ ਜਾਂ ਤੁਹਾਨੂੰ ਇੱਕ ਜੇ ਮਤਲਬ ਆਪਾਂ ਸੋਚੀਏ ਵੀ ਸੋਨੀ ਸੋਚ ਰਿਹਾ ਜਸਪਾਲ, ਜਸਪਾਲ ਦਿਮਾਗ 'ਚ ਆਉਂਦੀ ਕੀ ਆਉਂਦਾ ਜਾਂ ਸੋਨੀ ਯਾਦ ਕਰਕੇ ਕੀ ਆਉਂਦਾ ਜਾਂ ਇੱਕ ਸ਼ਬਦ ਦੇ ਵਿੱਚ ਵੀ ਯਾਰ ਇਹ ਬੰਦੇ ਦਾ? ਯਾਰ ਜਸਪਾਲ ਯਾਦ ਕਰਕੇ ਮੈਨੂੰ ਇਹ ਆਉਂਦਾ ਵੀ ਯਾਰ ਜੇ ਮੈਨੂੰ ਕਦੇ ਵੀ ਕੁਛ ਵੀ ਹੋਊਗਾ ਤਾਂ ਜਸਪਾਲ ਖੜੂਗਾ ਬਸ। ਮਤਲਬ ਜਸਪਾਲ ਮੇਰੇ ਲਈ ਯਾਰ ਐਂ ਲਾ ਲਓ ਮੇਰਾ ਭਰਾ ਵੱਡਾ ਯਾਰ, ਇਹ ਬਸ ਮੇਰੇ ਇਹੀ ਆਉਂਦਾ ਵੀ ਯਾਰ ਇਹ ਸਭ ਤੋਂ ਨੇੜੇ ਆ ਇਸ ਮਾਮਲੇ 'ਚ, ਮੇਰੀ ਤਕਰੀਬਨ ਦੁੱਖ ਸੁੱਖ ਇਹਦੇ ਨਾਲ ਤਕਰੀਬਨ ਸਾਂਝ ਆ, ਇਸ ਕਰਕੇ ਵਿਚੋਲਾ ਬਣ ਗਿਆ ਤਾਂ ਮੈਨੂੰ ਤਾਂ ਮੰਨਣਾ ਨਹੀਂ ਸੀ। ਅੱਛਾ ਇਹ ਜਿਹੜੀ ਦੋਸਤੀ ਹੈ ਹੋਰ ਵੀ ਗੂੜੀ ਹੋ ਗਈ ਫਿਰ ਵੀ, ਇਹ ਮੇਰਾ ਮਤਲਬ ਵਿਚੋਲਾ ਵੀ ਹੈ। ਵੈਸੇ ਤਾਂ ਯਾਰ ਵਿਆਹ ਤੋਂ ਬਾਅਦ ਇਹ ਹੁੰਦਾ ਵੀ ਵਿਚੋਲਿਆਂ ਨਾਲ ਬਣਦੀ ਨਹੀਂ ਹੁੰਦੀ, ਸਾਡੀ ਉੱਥੋਂ ਬਾਅਦ ਹੋਰ ਵੀ ਗੂੜੀ ਹੋ ਗਈ। ਵੈਸੇ ਤੁਸੀਂ ਦੋਸਤੀ ਲਾਈ ਰਿਸਕ 'ਤੇ ਹੀ ਮੈਨੂੰ ਲੱਗਦਾ। ਸਹੀ ਗੱਲ ਹੈ। ਅਤੇ ਸੋਨੀ ਨੂੰ ਕੋਈ ਇੱਕ ਸ਼ਬਦ ਦੇ ਵਿੱਚ ਆਪਾਂ ਜੇ ਕਹਿਣਾ ਹੋਵੇ ਮਤਲਬ ਐਜ ਏ ਦੋਸਤ? ਮੈਨੂੰ ਨਾ ਕਈ ਵਾਰੀ ਮਤਲਬ ਪੂਰਾ ਗੁੱਸਾ ਜਿਹਾ ਚੜ੍ਹ ਜਾਂਦਾ ਜਦੋਂ ਕਿਸੇ ਗੱਲ ਤੋਂ ਵੀ ਹਾਈਪਰ ਜਿਹਾ ਹੋ ਜਾਂਦੇ ਹਾਂ ਆਪਾਂ ਵੀ ਯਾਰ ਐਂ ਕਿਵੇਂ ਆਏ ਨਹੀਂ, ਜੇ ਉਦੋਂ ਮੈਂ ਸੋਨੀ ਦਾ ਨਾਂ ਯਾਦ ਕਰਨਾ ਤਾਂ ਵੀ ਠੰਡਾ ਹੋ ਜਾਂਦਾ ਵੀ ਯਾਰ ਉਹ ਜਮੀਨ ਗੁੱਸਾ ਕਰਦਾ ਕਿਸੇ ਗੱਲ ਦਾ ਵੀ ਇਹ ਇੰਨਾ ਕੁ ਜ਼ਿਆਦਾ ਠੰਮੇ ਵਾਲਾ ਬੰਦਾ ਹੈਗਾ ਵੀ ਇਹ ਜੇ ਕੋਈ ਇਹਨੂੰ ਧੋਖਾ ਵੀ ਦੇ ਜੂ ਕਹੂਗਾ ਚੱਲ ਛੱਡ ਯਾਰ ਕੋਈ ਨਾ, ਇਹਦਾ ਕੰਮ ਸੀ ਇਹ ਕਰ ਗਿਆ ਆਪਾਂ ਨਹੀਂ ਵੀ। ਮੈਂ ਸੋਚ ਜਾਂਦਾ ਫਿਰ ਜਦੋਂ ਮੈਂ ਪੂਰਾ ਭਖਿਆ ਵਾ ਹੋਵਾਂ ਤਾਂ ਫਿਰ ਮੈਂ ਸੋਨੀ ਨੂੰ ਸੋਚ ਲੈਂਦਾ ਵੀ ਸੋਨੀ ਯਾਰ ਇੰਨਾ ਠੰਡਾ ਵੀ ਤੂੰ ਕਾਹਨੂੰ ਗਰਮ ਹੋਈ ਜਾਂਦਾ। ਸਹੀ ਗੱਲ, ਇਹ ਮਤਲਬ ਕਾਫੀ ਅਲੱਗ ਗੱਲ ਹੈ ਵੀ ਮੈਂ ਤਾਂ ਲੜਦਾ ਹੀ ਨਹੀਂ ਦੇਖਿਆ ਕਦੇ, ਇਹ ਗੁੱਸੇ 'ਚ ਤਾਂ ਬੋਲਦਾ ਹੀ ਨਹੀਂ ਦੇਖਿਆ। ਯਾਰੀ ਬਾਰੇ ਤੁਹਾਡੇ ਕੀ ਵਿਚਾਰ ਨੇ? ਯਾਰੀ ਬਾਰੇ ਯਾਰ ਵਿਚਾਰ ਨਹੀਂ, ਮੈਨੂੰ ਲੱਗਦਾ ਵੀ ਯਾਰ ਯਾਰੀ ਜੇ ਤੁਹਾਡੀ ਜਿਹੜਾ ਮੈਂ ਸਮਝਦਾ ਸਿੱਧੂ ਸਾਹਿਬ ਵੀ ਯਾਰੀ ਇੱਕ ਯਾਰ ਸੁਗਾਤ ਹੁੰਦੀ ਹੈ, ਤੋਹਫ਼ਾ ਹੁੰਦਾ ਇੱਕ, ਕਦੇ ਇਹਨੂੰ ਇਹੋ ਜਿਹਾ ਮੌਕਾ ਨਾ ਦਿਓ ਵੀ ਤੁਹਾਨੂੰ ਲੱਗੇ ਵੀ ਯਾਰ ਮੈਂ ਗਲਤ ਯਾਰ ਚੁਣ ਲਿਆ ਜਾਂ ਮੇਰੇ ਤੋਂ ਗਲਤੀ ਹੋ ਗਈ ਇਹਨੂੰ ਯਾਰ ਬਣਾ ਕੇ, ਕਦੇ ਵੀ ਨਾ ਇਹੋ ਜਿਹਾ ਮੌਕਾ ਦਿਓ। ਊਚ ਨੀਚ ਹਮੇਸ਼ਾ ਹੁੰਦੀ ਰਹਿੰਦੀ ਆ, ਮਤਲਬ ਕੱਲ੍ਹ ਨੂੰ ਲੋਕਾਂ ਦਾ ਯਾਰੀ ਤੋਂ ਯਕੀਨ ਉੱਠੇ ਲੋਕ ਗੱਲਾਂ ਕਰਨ, ਮੈਨੂੰ ਲੱਗਦਾ ਯਾਰੀ ਨੂੰ ਕਦੇ ਇਹੋ ਜਿਹਾ ਮੌਕਾ ਨਾ ਦਿਓ, ਜੇ ਕੋਈ ਮਾੜੀ ਚੰਗੀ ਹੋ ਵੀ ਗਈ ਪੈਰ ਖਿੱਚ ਲਓ ਪਿੱਛੇ, ਅਤੇ ਯਾਰ ਨੂੰ ਜੋ ਕਹਿਣਾ ਮੂੰਹ 'ਤੇ ਕਵੋ ਪਿੱਠ ਪਿੱਛੇ ਨਾ ਕਵੋ ਕਦੇ, ਕਿਉਂਕਿ ਬਾਤਾਂ ਦੇ ਪਤੰਗੜ ਬਣਦੇ। ਸੋਹਣੀ ਗੱਲ ਹੈ ਯਾਰੀ ਦੋਸਤ, ਇੱਕ ਦੋਸਤ ਜੇ ਕੋਈ ਗਲਤੀ ਕਰਦਾ ਨਾ ਉਹਨੂੰ ਟੋਕਣਾ ਜ਼ਰੂਰੀ ਹੈ, ਉਹਨੂੰ ਦੱਸਣਾ ਵੀ ਤੂੰ ਆਹ ਗਲਤ ਕਰ ਰਿਹਾ ਜਾਂ ਤੇਰੇ ਨਾਲ ਆਹ ਹੋ ਰਿਹਾ, ਜੇਕਰ ਆਪਾਂ ਨਹੀਂ ਦੱਸਾਂਗੇ ਫਿਰ ਹੋਰ ਕੌਣ ਦੱਸੂਗਾ? ਕਈ ਵਾਰੀ ਆਪਾਂ ਸੋਚ ਜਾਂਦੇ ਹਾਂ ਵੀ ਯਾਰ ਜੇ ਮੈਂ ਸੋਨੀ ਨੂੰ ਦੱਸਤਾ ਵੀ ਸੋਨੀ ਯਾਰ ਆਹ ਤੇਰਾ ਐਂ ਹੋਈ ਜਾਂਦਾ ਵੀ ਇਹ ਨਾ ਗੁੱਸਾ ਨਾ ਕਰ ਜੇ ਜਾਂ ਐਂ ਨਾ ਕਹੇ ਵੀ ਤੈਨੂੰ ਕੀ ਪਤਾ ਨਹੀਂ ਇਹ ਐਂ ਹੈ ਨਹੀਂ ਗਾ, ਵੀ ਅਗਲੇ ਨੂੰ ਦੱਸਣਾ ਜ਼ਰੂਰੀ ਹੈ ਵੀ ਯਾਰ ਆਹ ਗਲਤ ਹੋ ਰਿਹਾ ਇਹਨੂੰ ਠੀਕ ਕਰੋ ਤੁਸੀਂ, ਵੀ ਫਿਰ ਹੀ ਦੋਸਤੀ ਆ। ਜੇ ਆਪਾਂ ਵੀ ਲੋਕਾਂ ਵਾਂਗੂ ਸੁਣ ਕੇ ਛੱਡ ਦਈਏ ਫਿਰ ਇਹਦਾ ਨੁਕਸਾਨ ਹੋ ਜਾਵੇ, ਉਸ ਤੋਂ ਬਾਅਦ ਫਿਰ ਕੀ ਫਾਇਦਾ? ਯਾਰ ਦੀ ਦੇ ਨਾਲ ਉਹਦੇ ਨਾਲ ਖੜਨ ਦੇ ਵੀ ਜਾਂਦੇ ਜੀ ਖੜੋ, ਹੈ ਨਾ, ਬਾਅਦ 'ਚ ਤੁਸੀਂ ਸਟੇਟਸ ਲਾਵੋ ਲੰਮੇ ਲੰਮੇ ਲਿਖ ਕੇ ਪਾਵੋ, ਮੈਨੂੰ ਲੱਗਦਾ ਉਹਦੇ ਨਾਲ ਜ਼ਿਆਦਾ ਵਧੀਆ ਵੀ ਤੁਸੀਂ ਜਿਉਂਦੇ ਜੀ ਕਦਰ ਕਰੋ ਯਾਰ ਦੀ, ਹੈ ਨਾ, ਕਿਉਂਕਿ ਦੇਖੋ ਸਿੱਧੂ ਸਾਹਿਬ ਗੱਲ ਕੀ ਹੈ, ਜਿਹੜਾ ਯਾਰੀ ਹੁੰਦੀ ਜਾਂ ਅਹਿਸਾਨ ਹੁੰਦਾ ਕਹਿ ਸਕਦੇ ਆਪਾਂ, ਉਹ ਇੱਕੋ ਦੋ ਵਾਰੀ ਹੁੰਦਾ ਹਮੇਸ਼ਾ ਨਹੀਂ। ਜੇ ਯਾਰ ਨੇ ਕੁਛ ਕੀਤਾ ਚੰਗਾ ਤੁਹਾਨੂੰ ਉਹ ਯਾਦ ਆ, ਅਤੇ ਮਾੜਾ ਕਰ ਦੂ ਫਿਰ ਕਿੱਡੀ ਗੱਲ ਆ ਯਾਰ, ਯਾਰ ਸੀ ਤੁਹਾਡਾ
ਚੰਗੇ ਤੋਂ ਯਾਦ ਆਇਆ ਬਈ ਕੋਈ ਐਸੀ ਚੀਜ਼ ਇੱਕ ਦੂਜੇ ਲਈ ਤੁਸੀਂ ਕਹਿੰਦੇ ਤੁਹਾਡੇ ਧਿਆਨ 'ਚ ਹੋਵੇ ਕਿ ਯਾਰ ਇਹਨੇ ਮੇਰੇ ਲਈ ਆਹ ਜ਼ਿੰਦਗੀ 'ਚ ਬਹੁਤ ਵੱਡੀ ਮੇਰੇ ਲਈ ਚੰਗਾ ਕੰਮ ਕਰਤਾ? ਮੈਨੂੰ ਤਾਂ ਰਿਸ਼ਤਾ ਕਰਾਤਾ ਅੜਿਆ ਹੋਇਆ ਸੀ ਕੰਮ, ਅੜ ਗਿਆ ਸੀ ਕੰਮ, ਇਹਦਾ ਮਾਸੜਾ ਨਾ ਇੱਕ, ਅਸੀਂ ਨਾ ਹਾਸੇ ਮਜ਼ਾਕ 'ਚ ਮੈਂ ਤਾਂ ਪਲਾਟ ਵੀ ਰੱਖਿਆ ਹੋਇਆ ਸੀ, ਅਸੀਂ ਹੁਣ ਵੀ ਜਦੋਂ ਗੱਲ ਕਰਦੇ ਆ ਵੀ ਹੈਲੋ ਹਾਂ ਜਵਾਨ ਜਾਂ ਹਾਂ ਪਲਾਟ ਹਨਾ ਕਿਵੇਂ ਆ ਪਲਾਟ? ਪਲਾਟ ਮਤਲਬ, ਪਲਾਟ ਮਤਲਬ ਪੂਰੀ ਗੱਲ ਤੁਹਾਨੂੰ ਜ਼ਿਆਦਾ ਜਸਪਾਲੀ ਡਿਫੈਂਡ ਕਰੂਗਾ ਕੀ ਗੱਲ ਸੀ ਪੂਰੀ? ਮੇਰੇ ਨਾ ਸਿਸਟਰ ਵਿਆਹੇ ਹੋਏ ਨੇ ਬਾਜਮੀ, ਉਹਨਾਂ ਦੇ ਸਹੁਰਾ ਸਾਹਿਬ ਨੇ ਨਾ ਉਹ ਵੀ ਮਜ਼ਾਕੀ ਨੇ ਉਹ, ਮਤਲਬ ਪੇਂਡੂ ਨੇ, ਹਾਂ ਭੈਣ ਦੇ ਸਹੁਰਾ ਸਾਹਿਬ, ਅਤੇ ਮੈਂ ਚਲੋ ਜਦੋਂ ਭਰਤੀ ਹੋਇਆ ਉਦੋਂ 24 ਸਾਲ ਉਮਰ ਸੀ, ਉਸ ਤੋਂ ਬਾਅਦ 4-5 ਸਾਲ ਵੀ ਚਲੋ ਜਾ ਠਹਿਰ ਕੇ ਕਰਾਂ ਮੈਂ ਠਹਿਰ ਕੇ, ਉਹ ਫਿਰ ਰਿਸ਼ਤਾ ਹੁੰਦਾ 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 ਜੇ ਲੰਘ ਜਾਂਦੇ 2-3 ਸਾਲ ਹੈ ਨਾ, ਮੈਂ 29 ਸਾਲ ਦੇ 30 ਸਾਲ ਦੇ ਨੇੜੇ ਵਿਆਹ ਕਰਾਇਆ ਸੀ ਜਾ ਕੇ, ਉਹ ਫਿਰ ਜਦੋਂ ਮੈਂ ਉੱਥੇ ਮਿਲਣ ਜਾਣਾ ਮੇਰੇ ਮਾਸੜ ਜੀ ਨੇ ਕਹਿਣਾ ਵੀ ਹਾਂ ਪਲਾਟ ਕਿਵੇਂ ਆ? ਹਾਂ ਜਵਾਨ ਮੈਂ ਹਾਂ ਠੀਕ ਆ ਯਾਰ, ਮੈਨੂੰ ਨਹੀਂ ਸੀ ਪਤਾ ਹੈ ਨਾ, ਕਹਿੰਦਾ ਯਾਰ ਪਲਾਟ ਹੈ ਵੀ ਬੱਸ ਸਟੈਂਡ 'ਤੇ ਆ, ਰੋਡ 'ਤੇ ਲੱਗਦਾ ਚੌਰਸਾ ਹੈ ਨਾ, ਸਾਰਾ ਵਿਕ ਕਿਉਂ ਨਹੀਂ ਰਿਹਾ, ਕੋਈ ਮੰਗ ਵੀ ਹੈ ਨਹੀਂ, ਰੇਟ ਵੀ ਜ਼ਿਆਦਾ ਨਹੀਂ ਹੈਗਾ, ਮੈਂ ਸੋਚੀ ਜਾਵਾਂ ਵੀ ਕੀ ਕਹੀ ਜਾਂਦੇ ਨੇ, ਮੈਂ ਜੀ ਵੀ ਮੈਨੂੰ ਸਮਝ ਨਹੀਂ ਕਿਹੜੇ ਪਲਾਟ ਦੀ ਗੱਲ ਕਰਦੇ, ਕਹਿੰਦਾ ਮੈਂ ਤੇਰੀ ਗੱਲ ਹੀ ਕਰਦਾ ਵੀ ਨੌਕਰੀ ਵੀ ਲੱਗਿਆ ਵਾ, ਸੋਹਣਾ ਰੱਖਾ ਵੀ ਹੈ ਨਾ, ਵੀ ਸਾਰਾ ਕੁਝ ਠੀਕ ਆ ਯਾਰ, ਤੈਨੂੰ ਰਿਸ਼ਤਾ ਕਿਉਂ ਨਹੀਂ ਹੋ ਰਿਹਾ? ਪਲਾਟ ਅੜਿਆ ਹੋਇਆ ਵੀ, ਪਲਾਟ ਇਹ ਬੜਾ ਅੜਿਆ, ਫਿਰ ਮੈਂ ਸੋਨੀ ਨਾਲ ਉਹ ਗੱਲ ਸ਼ੇਅਰ ਕੀਤੀ, ਮੈਂ ਵੀ ਐਂ ਗੱਲ, ਅਸੀਂ ਉਦੋਂ ਤੋਂ ਹੁਣ ਤੱਕ ਅਸੀਂ ਬਸ ਅਸੀਂ ਕਹਿੰਦੇ ਵੀ ਹਾਂ ਜਵਾਨ ਹਾਂ ਪਲਾਟ ਕਿਵੇਂ ਆ, ਅਤੇ ਫਿਰ ਇਹਨੇ ਫਿਰ ਮੇਰੇ ਲਈ ਬਹੁਤ ਵੱਡਾ ਕੰਮ ਕੀਤਾ, ਵੱਡਾ ਨਹੀਂ ਕਹਿ ਸਕਦੇ ਸੰਯੋਗ ਸੀ ਯਾਰ, ਸੰਯੋਗਾਂ ਦੀ ਗੱਲ ਸੀ, ਬਸ ਵਿਚੋਲੇ ਬਣ ਗਏ ਵਿੱਚ ਆਪਾਂ ਮਤਲਬ ਹੈ ਨਾ, ਕਿਉਂਕਿ ਵਿਚੋਲੇ ਤਾਂ ਬਣੀ ਨਹੀਂ, ਅਸਲ 'ਚ ਭਰਾ ਸੀ ਮੇਰਾ, ਲੱਗਿਆ ਵੀ ਯਾਰ ਇਹ ਰਿਸ਼ਤਾ ਠੀਕ ਹੈ ਇਹਦੇ ਲਈ, ਕਿਉਂਕਿ ਉਹ ਦੋਸਤ ਆ ਸਾਡਾ ਮੁੰਡਾ ਦੀਪੀ, ਉਹ ਵੀ ਪੰਜਾਬ ਪੁਲਿਸ 'ਚ ਹੀ ਆ ਖੇੜੀ ਚਾਲਾ ਤੋਂ ਹੈ ਨਾ, ਅਸਲ 'ਚ ਉਹਦੇ ਮਾਮਾ ਜੀ ਦੀ ਬੇਟੀ ਸੀ, ਉਹ ਵੀ ਸਾਡਾ ਦੋਸਤ ਹੀ ਆ, ਕੋਮਨ ਫਰੈਂਡ ਹੀ ਆ ਉਹ ਹੈ ਨਾ, ਉਹ ਕਹਿੰਦਾ ਯਾਰ ਤੁਸੀਂ ਵਿੱਚ ਵਿਚਾਲੇ ਹੋ ਗਏ ਹੈ ਨਾ, ਵੀ ਗੱਲ ਸਿਰੇ ਲਾਓ, ਮੈਂ ਕਿਹਾ ਠੀਕ ਹੈ। ਸੋਨੀ ਲਈ ਕੋਈ ਚੰਗਾ ਕੰਮ ਜਸਪਾਲ ਨੇ ਕਰਿਆ ਹੋਇਆ? ਜਸਪਾਲ ਮੇਰੇ ਨਾਲ ਹਰ ਵਾਰੀ ਹੈ, ਮਤਲਬ ਬਹੁਤ ਚੰਗਾ, ਇੱਕ ਨਹੀਂ ਮਤਲਬ ਵੀ ਮੈਂ ਇੱਕ ਕੰਮ ਨਹੀਂ ਗਿਣਾ ਸਕਦਾ ਇਹਦਾ, ਕੋਈ ਇਹਨੇ ਬਹੁਤ ਕੰਮ ਚੰਗੇ ਕੀਤੇ ਨੇ ਮੇਰੇ ਲਈ, ਇੱਕ ਹੋਵੇ ਤਾਂ ਮੈਂ ਸ਼ਾਇਦ ਗਿਣਾ ਵੀ ਦੇਵਾਂ, ਹਮੇਸ਼ਾ ਖੜਦਾ ਨਾਲ ਯਾਰ, ਜਦੋਂ ਵੀ ਮੈਨੂੰ ਲੋੜ ਪਈ ਹੈ, ਮਤਲਬ ਜਦੋਂ ਵੀ ਮੈਨੂੰ ਲੱਗਦਾ ਵੀ ਤਾਂ ਇਹ ਕਹਿੰਦਾ ਵੀ ਓਕੇ ਆ, ਕੋਈ ਚੱਕਰ ਨਹੀਂ, ਬੇਫਿਕਰ ਹੈ। ਬਿਲਕੁਲ, ਦੋਸਤ ਖਰੇ ਇਹੋ ਜਿਹੇ ਹੋਣੇ ਚਾਹੀਦੇ ਨੇ, ਅਤੇ ਪਰ ਕਈ ਵਿੱਚ ਸ਼ਰਾਰਤੀ ਵੀ ਹੁੰਦੇ ਨੇ ਨਾ, ਤੁਹਾਡੇ 'ਚ ਵੱਧ ਸ਼ਰਾਰਤੀ ਹੋਣ, ਉਹ ਦੱਸੋ ਦੱਸੇ ਆਪਣੀ ਵੀ ਸ਼ਾਇਦ ਇੱਕੋ ਜਿਹੀ ਮੁੱਲਾਂ ਦਾ, ਮੈਂ 2-4 ਵਾਰੀ ਸੀਪ ਲੱਗ ਗਿਆ ਮੇਰੇ ਜਲੇਬੀ ਵਾਲੀ ਗੱਲ ਹੋ ਗਈ, ਜਿਵੇਂ ਸੋਸ ਵਾਲੀ ਗੱਲ, ਇਹ ਕਰ ਗਿਆ ਮੇਰੇ ਨਾਲ ਇਹ ਜਦੋਂ ਕਾਲਜ ਪੜ੍ਹਦੇ ਹੁੰਦੇ ਸੀ ਬਰਨਾਲੇ ਤੋਂ ਆਉਂਦੇ ਹੈ ਨਾ, ਮਤਲਬ ਮੇਰਾ ਪਿੰਡ ਪਹਿਲਾਂ ਆਉਂਦਾ ਸੀ, ਇਹਦਾ ਬਾਅਦ 'ਚ ਆਉਂਦਾ ਸੀ ਕਿਲੋਮੀਟਰ ਜ਼ਿਆਦਾ, ਇੱਕ ਵਾਰ ਅਸੀਂ ਕਾਲਜ 'ਚੋਂ ਪੜ੍ਹ ਕੇ ਆਈਏ ਅਤੇ ਉਦੋਂ ਭੀੜ ਜ਼ਿਆਦਾ ਹੁੰਦੀ ਸੀ ਬੱਸਾਂ 'ਚ ਹੈ ਨਾ, ਅਤੇ ਉਹ ਜਿਹੜਾ ਸਮਾਨ ਲੈ ਕੇ ਕਿਸੇ ਨੇ ਕੇਲੇ ਲੈ ਲਏ, ਕਿਸੇ ਸੇਬ, ਉਹ ਜਿਵੇਂ ਕੋਈ ਮਾਤਾ ਆਉਂਦੀ ਕੋਈ ਪਿੰਡ ਹੋਵੇ ਉਹਨੇ ਨਾ ਕੇਲੇ ਲੈਣੇ ਤਾਂ ਉਹ 'ਚ ਰੱਖ ਦੇਣੇ ਕੈਬਨ ਜੇ 'ਚ, ਅਸੀਂ ਜਦੋਂ ਆਉਣਾ ਖੜ੍ਹੇ ਹੋਣਾ, ਜਦੋਂ ਮੇਰਾ ਬੱਸ ਸਟੈਂਡ ਆਉਣ ਵਾਲਾ ਹੋ ਗਿਆ, ਨੰਗਲ ਉਤਰਨਾ ਸੀਗਾ, ਮੈਂ ਉਹਦੇ ਟਾਕੀ ਜੀ ਕੋਲ ਹੋ ਗਿਆ, ਸੋਨੀ ਖੜ੍ਹਾ ਸੀਗਾ, ਸੀਰੀਅਸ ਜਿਹਾ ਹੋਇਆ ਪੂਰਾ, ਹੱਥ ਪਾਈ ਮੈਂ ਵੀ ਸੋਨੀ, ਕਹਿੰਦਾ ਮੈਂ ਆਹ ਲਿਫਾਫਾ ਫੜਾਈ ਕੇਲੇ ਵਾਲਾ, ਮੈਂ ਕੇਲੇ ਦਾ ਕਹਿੰਦਾ ਮੈਂ ਆਹ ਲਿਫਾਫਾ ਫੜਾਈ, ਇਹਨੇ ਚੱਕਿਆ ਵੀ ਕੇਲੇ ਹੀ ਲਿਆਇਆ ਹੋਊਗਾ ਘਰ ਖਾਤਰ, ਇਹਨੇ ਚੱਕਿਆ ਲਿਫਾਫਾ ਮੈਨੂੰ ਫੜਾਉਣ ਲੱਗਿਆ, ਉਹ ਬੇਬੇ ਕਹਿੰਦੀ ਹੈਲੋ ਇਹ ਤਾਂ ਭਾਈ ਮੇਰਾ, ਤੂੰ ਕੀ ਚੱਕੀ ਜਾਂਦਾ? ਮੈਂ ਕਿਹਾ ਬਹਿ ਗਿਆ ਪੰਗਾ, ਮੈਂ ਤਾਂ ਛੇਤੀ ਦਿਨ ਉਤਰਿਆ ਟਾਕੀ 'ਚ ਤੁਰ ਪਿਆ, ਉਦੋਂ ਬਾਅਦ ਮੈਨੂੰ ਇਹਨੂੰ ਪਤਾ ਵੀ ਬੇਬੇ ਦੇ ਇਹਦਾ ਕੀ ਕਿਵੇਂ ਨਿਬੜੇ, ਕਿਵੇਂ ਬੇਬੇ ਨੇ ਕੇਲੇ ਖਵਾਏ ਕਿ ਤੱਪੜ ਖਵਾਏ ਮੈਨੂੰ, ਇਹ ਬਾਅਦ 'ਚ ਮੈਂ ਜਾਣਦਾ ਵੀ ਮੈਨੂੰ ਦੋਸਤ ਹੁੰਦੇ ਨੇ ਇੱਕ ਤਿੱਤੀ ਸਾਡਾ ਵੀ ਇੱਕ ਦੋਸਤ ਹੈ, ਉਹ ਨਾ ਉਹਦਾ ਮਿੱਤਰ ਸੀ ਕੋਈ ਸਕੂਟਰ ਠੀਕ ਕਰਦਾ ਸੀ, ਮਕੈਨਿਕ ਸੀਗਾ, ਉਹਦੇ ਕੋਲ ਚੱਲਿਆ, ਕਹਿੰਦਾ ਯਾਰ ਵੀ ਸਕੂਟਰ ਨਹੀਂ ਖੜ੍ਹਾ, ਮੈਂ ਮਾੜਾ ਜਿਹਾ ਜਾ ਕੇ ਆਇਆ 10 ਮਿੰਟ, ਉਹ ਕਹਿੰਦਾ ਚੱਲ ਆ ਠੀਕ
ਕਰਨ ਆਇਆ ਹੋਇਆ ਮੇਰੇ ਕੋਲ ਵੀ ਇਹਨੇ ਸ਼ਾਮ ਨੂੰ ਆਉਣਾ ਬੰਦੇ ਨੇ, ਤੂੰ ਲੈ ਜਾ ਵਰਤ ਮਤਲਬ ਕੰਮ ਕਰਿਆ ਆਪਣਾ। ਸਕੂਟਰ ਲੈ ਗਿਆ ਸ਼ਾਮ ਨੂੰ, ਉਹ ਮੁੜਿਆ ਨਹੀਂ ਸ਼ਾਮ ਤੱਕ, ਅਤੇ ਉਹਨੇ ਫੋਨ ਕਰਿਆ ਕਹਿੰਦਾ ਯਾਰ ਉਹ ਸਕੂਟਰ ਵਾਲਾ ਲੈਣ ਆਇਆ ਤੂੰ ਕਿੱਥੇ? ਕਹਿੰਦਾ ਮੈਂ ਤਾਂ ਹੇਮਕੁੰਡ ਸਾਹਿਬ ਚਲੇ ਗਿਆ, ਮੈਂ ਤਾਂ ਲੱਗ ਗਿਆ ਹੇਮਕੁੰਡ ਸਾਹਿਬ ਨੂੰ। ਸਾਡੇ ਵੀ ਮੇਰਾ ਦੋਸਤ ਹੈ ਇੱਕ ਧੂਤਾ ਪਿੰਡ, ਉਹ ਸਾਡੇ ਹੈ ਉਹ ਪਿੱਗ ਪੁੱਗ ਲਾ ਲੈਂਦੇ ਸੀ, ਜਿਵੇਂ ਉਹਨੂੰ ਦੇਖ ਲੈਣਾ ਦੋ ਜਣੇ ਬੈਠੇ ਪਿੱਗ ਲਾਈ ਜਾਂਦੇ ਸੀ ਉਹਦੇ ਦੋਸਤ ਹੀ ਸੀ ਉਹ ਵੀ, ਉਹ ਕਹਿੰਦਾ ਵੀ ਯਾਰ ਅੱਜ ਇਹਨੂੰ ਨਾ ਧੂਤੇ ਨੂੰ ਲਵਾਉਣੀ ਨਹੀਂ ਵੀ ਆਪਣੇ ਰੋਜ਼ ਸ਼ਿੰਗੀ ਲਾ ਜਾਂਦਾ ਇਹ ਵੀ ਆਪ ਤਾਂ ਪਿਆਉਂਦਾ ਨਹੀਂ ਆ ਪੀ ਜਾਂਦਾ। ਉਹ ਆਇਆ ਉਹਨਾਂ ਦੋਨੇ ਬੈਠੇ ਪਿੱਗ ਲਾਈ ਜਾਣ, ਉਹਨੇ ਨਾਂ ਨਹੀਂ ਲਿੱਤਾ, ਕਹਿੰਦਾ ਵੀ ਕੀ ਯਾਰ ਤੁਹਾਡੇ ਕੋਲ ਸਾਈਕਲ ਹੈਗਾ? ਉਹ ਕਹਿੰਦੇ ਹਾਂ। ਕਹਿੰਦੇ ਤੂੰ ਕੀ ਕਰਨੀ? ਕਹਿੰਦਾ ਯਾਰ ਮੈਂ ਨਾ ਠੇਕੇ ਤੋਂ ਬੋਤਲ ਲੈ ਕੇ ਆਉਣੀ ਸੀਗੀ। ਕਹਿੰਦਾ ਲੈ ਜਾ ਸਾਈਕਲ। ਕਹਿੰਦਾ ਇੱਥੇ ਬੈਠੇ ਹੋ ਤੁਸੀਂ? ਇੱਥੇ ਹੀ ਲਾਓ? ਕਹਿੰਦਾ ਹਾਂ। ਫਿਰ ਮੈਂ ਨਾ ਮੈਂ ਵੀ ਇੱਥੇ ਹੀ ਲੈ ਆਊਂਗਾ ਬੋਤਲ, ਇੱਥੇ ਹੀ ਬਹਿ ਕੇ ਮੈਂ ਲਾ ਲੂੰਗਾ। ਚੱਲ ਉਹਨਾਂ ਨੇ ਆਖਿਆ ਵੀ ਯਾਰ ਬੋਤਲ ਲੈ ਕੇ ਆਊਗਾ ਵੀ ਆਪਾਂ ਇਹਦੇ ਤੋਂ ਲਾਵਾਂਗੇ, ਵੀ ਇਹ ਇਕੱਲਾ ਥੋੜ੍ਹੀ ਪੀ ਜੂਗਾ। ਉਹ ਕਹਿੰਦਾ ਫਿਰ ਜਾ ਜੇ ਇੱਥੇ ਮਾੜਾ ਜਿਹਾ ਫਿਰ ਮੈਨੂੰ ਇੱਕ ਪਿੱਗ ਜਿਹਾ ਪਾ ਦਿਉ ਜਾਂ ਛੋਟਾ ਜਿਹਾ, ਵੀ ਮੈਂ ਫਿਰ ਛੇਤੀ ਮੁੜ ਆਊਂਗਾ। ਉਹਨੇ ਗੱਲਾਂ ਗੱਲਾਂ ਜਾਂ ਚਾਹ ਨਾ ਅੱਧਾ ਗਲਾਸ ਕਰਕੇ ਮਾਰਿਆ ਉਹਨੇ, ਵੀ ਜਾਣ ਜੋਗਰਾ ਹੋ ਜਾ। ਗੱਲਾਂ ਜਾਂ ਕਰਦਾ ਕਰਦਾ ਕਿਤੇ ਇੱਧਰ ਜੇ ਨੂੰ ਜਾ ਕੇ ਆਏ, ਫਿਰ ਫੁਰ ਕੇ ਜੇ ਦੋ ਕੁ ਮਿੰਟਾਂ ਬਾਅਦ ਕਹਿੰਦਾ ਬਸ ਮੈਂ ਚੱਲਿਆ। ਕਹਿੰਦਾ ਬਸ ਆ ਗਿਆ ਲੈ, ਕਹਿੰਦਾ ਮਾੜਾ ਛੋਟਾ ਜਿਹਾ ਇੱਕ ਮੈਨੂੰ ਹੋਰ ਪਾ ਦਿਉ। ਅੱਧਾ ਗਲਾਸ ਕਰਕੇ ਉਹਨੇ ਫੇਰ ਮਾਰਿਆ, ਉਹਨੇ ਚੱਕਿਆ ਸਾਈਕਲ, ਮਾਂ ਨੇ ਘਰ ਆ ਕੇ ਰੋਟੀ ਖਾ ਕੇ ਸੌਂ ਗਿਆ। ਉਹ ਦੇਖੀ ਜਾਣ ਵੀ 10 ਮਿੰਟ 15-20 ਮਿੰਟ ਜਿਹੜਾ ਯਾਰ ਆਏ ਹੀ ਨਹੀਂ ਹੈਗਾ, ਉਹ ਲਾ ਗਿਆ ਵੀ ਯਾਰ ਫੇਰ ਸੀਪ ਲਾ ਗਿਆ ਆਪਣੀ ਉਹ ਵੀ ਲੈ ਤਾਂ ਤੁਰ ਕੇ ਆਏ ਉਹ ਖੇਤੋਂ, ਸਾਈਕਲ ਵੀ ਲਿਆਇਆ ਉਹਨਾਂ ਦਾ। ਅਤੇ ਜੇ ਉਹਨਾਂ ਆ ਕੇ ਦੇਖਿਆ, ਉਹਨੇ ਪੁੱਛਿਆ ਉਹਦੀ ਮਾਤਾ ਨੂੰ ਆ ਕੇ ਵੀ ਕਹਿੰਦੇ ਧੂਤਾ ਕਿੱਥੇ? ਕਹਿੰਦੇ ਉਹ ਤਾਂ ਕੋਠੇ 'ਚ ਸੁੱਤਾ ਪਿਆ ਜਿਹਦੇ ਪੱਖਾ ਲਾ ਕੇ ਟੇਬਲ ਫੈਨ ਲਾ ਕੇ ਛੋਟਾ ਜਿਹਾ ਆਰਾਮ ਨਾਲ ਸੁੱਤਾ ਪਿਆ ਵੀ। ਕਹਿੰਦਾ ਵੀ ਐਸੇ ਦੋਸਤ ਵੀ ਹੁੰਦੇ ਨੇ। ਉਹ ਨਾ ਇੱਕ ਖੇਡੀ ਚਾਲਾ, ਮੈਂ ਜਦੋਂ ਕੰਮ ਕੀਤਾ ਨਾ ਰਾਤ, ਅਤੇ ਉਹ ਸ਼ਿਰਪੁਰ ਸੀਗੀ ਦੁਕਾਨ ਫੋਟੋਗ੍ਰਾਫੀ ਦੀ ਆਪਣੀ, ਹੈ ਨਾ ਕਮਲ ਸਟੂਡੀਓ, ਕਮਲ ਸਰ ਮਸਤਾ ਸੀ ਜਦੋਂ ਮੈਂ ਸਿੱਖਿਆ। ਅਤੇ ਉੱਥੇ ਸੀ ਇੱਕ ਖੇਡੀ ਦਾ ਬੰਦਾ, ਕੱਪੜੇ ਸਿਉਂਦਾ ਵੀ ਹੈ, ਟੇਲਰ ਸੀ ਉਹ, ਪਰ ਉਹਨੂੰ ਮਾਲ ਪੱਤਰ ਛਕਣ ਦੀ ਸੀਗੀ ਆਦਤ। ਹੁਣ ਉਹ ਸ਼ਿਰਪੁਰ ਗਿਆ, ਸ਼ਿਰਪੁਰ ਗਿਆ, ਉਹਦੇ ਕੋਲ ਪੈਸੇ ਪੂਸੇ ਹੈ ਨਹੀਂ ਸੀ, ਉਹਦੇ ਭਲ ਉੱਠ ਖੜੀ ਮਾਲ ਪੱਤਰ ਛਕਣ ਦੀ, ਹੈ ਨਾ। ਉਹ ਪਿੰਡ ਦੇ ਬੰਦੇ ਦੀ, ਉਸੇ ਪਿੰਡ ਦਾ ਬੰਦਾ ਇੱਕ ਉੱਥੇ ਦੁਕਾਨ ਕਰਦਾ ਸੀ ਹੋਰ, ਅਤੇ ਉਹਨੂੰ ਕਹਿੰਦਾ ਯਾਰ ਵੀ ਐਂ ਕਰ ਬਿੱਟੂ ਵੀ ਮੈਂ ਲੈਣਾ ਸੀ ਸੌਦਾ, ਸੌਦਾ ਮੈਂ ਪਵਾ ਲਿਆ, ਰੁਪਈਆ ਘੱਟ ਗਿਆ ਮੇਰੇ ਕੋਲ 200 ਰੁਪਈਆ, ਵੀ ਤੂੰ ਅਗਰ 200 ਰੁਪਈਆ ਮੈਨੂੰ ਦੇ ਮੈਂ ਸੌਦਾ ਲਗਾ ਲਉ, ਤੂੰ ਪਿੰਡ ਮੈਂ ਤਾਂ ਆ ਕੇ ਫੜ ਲਈ ਤਾਂ ਮੈਂ ਤੈਨੂੰ ਘਰੇ ਫੜਾ ਜੂੰਗਾ। ਉਹ ਕਹਿੰਦਾ ਵੀ ਯਾਰ ਤੂੰ 200 ਤੇ 500 ਲੈ ਲਿਆ, ਨਹੀਂ ਕਹਿੰਦਾ 200 ਦੇ ਦੇ, ਕਹਿੰਦਾ ਮੈਨੂੰ ਤੁਸੀਂ ਬਹੁਤ ਆ। ਕਹਿੰਦਾ ਉਹਨੇ 200 ਫੜਿਆ, ਆਇਆ ਸਮਾਨ ਲਿੱਤਾ, ਐਂ ਮਜ਼ੇ ਲਿੱਤੇ ਪੂਰੇ ਰੰਗਾਂ 'ਚ, ਘਰੇ ਆ ਗਿਆ। ਉਹਨੇ 2-4 ਦਿਨ ਤੋਂ ਵੀ ਨਹੀਂ ਮੰਗੇ, ਐਡੀ ਕਿਹੜੀ ਗੱਲ ਹੈ, ਚੰਗੇ ਤੁਸੀਂ ਉਹਨੇ ਨਸ਼ਾ ਪਤਾ ਕਰ ਲਿਆ ਪ੍ਰੋਪਰ ਆਪਦਾ, ਟਾਈਮ ਟਪਾਇਆ ਉਹਨੇ ਆਪਦਾ। ਹਫ਼ਤੇ ਤਾਂ ਬੰਦੇ ਨੇ ਵੈਸੇ ਨਹੀਂ ਮੰਗੇ, ਹਫ਼ਤੇ ਤੋਂ ਬਾਅਦ ਯਾਰ 1-2 ਮਹੀਨੇ 3 ਮਹੀਨੇ ਲੰਘੇ, ਇਹਦੇ ਪੈਸੇ ਦਿਨ ਆਏ ਨਹੀਂ। ਇੱਕ ਦਿਨ ਸਿੰਧੀ ਉਹਨੂੰ ਫਿਰ ਮਿਲ ਗਿਆ ਬਾਜ਼ਾਰ 'ਚ, ਬਿੱਟੂ ਕਹਿੰਦਾ ਸਿੰਧੀ ਨੂੰ, ਉਹ ਕਹਿੰਦਾ ਕਹਿੰਦਾ ਹਾਂ, ਕਹਿੰਦਾ ਕੀ ਹਾਲ ਆ? ਕਹਿੰਦਾ ਵੀਰੇ ਹਾਲ ਬਹੁਤ ਵਧੀਆ, ਪਰ ਹਾਲਾਤ ਕਹਿੰਦਾ ਹੋਈ ਨਹੀਂ, ਮੈਂ ਤਾਂ ਕਿਤੇ ਕਹਿੰਦਾ ਹਾਲ ਬਹੁਤ ਵਧੀਆ ਪਰ ਹਾਲਾਤ ਹੋਈ ਨਹੀਂ। ਉਹਦਾ ਮੁੜ ਕੇ ਕਹਿੰਦਾ ਮੈਂ ਕਦੇ ਪੈਸੇ ਨਹੀਂ ਮੰਗੇ, ਕਹਿੰਦਾ ਇੱਦਾਂ ਹੋ ਜਾਂਦਾ ਇੱਦਾਂ ਕਈ ਵਾਰੀ। ਜਿਹੜੀ ਬਚਪਨ ਦੀ ਦੋਸਤੀ ਹੁੰਦੀ ਹੈ ਨਾ, ਉਹਦੇ 'ਤੇ ਗੁੱਸਾ ਨਹੀਂ ਆਉਂਦਾ ਬੰਦੇ ਨੂੰ, ਮੇਰੇ ਖਿਆਲ ਸਮਝਣੀ ਇੰਨਾ ਲੱਗ ਜਾਂਦਾ, ਸਮਝਣੀ ਇੰਨਾ ਲੱਗ ਜਾਂਦੇ ਆ, ਕਿਉਂਕਿ ਆਪਾਂ ਬਚਪਨ ਦੀ ਛੋਟਾ ਜਮ੍ਹਾਂ 0 ਤੋਂ ਉੱਠ ਕੇ ਉੱਪਰ ਨੂੰ ਆਏ ਹੁੰਦੇ ਹਾਂ ਨਾ, ਕੁਝ ਕੋਈ ਫੀਲਿੰਗ ਨਹੀਂ ਹੁੰਦੀ ਆਪਣੇ 'ਚ ਵੀ ਜਾਂ ਮੈਂ ਕਿਸ ਅਹੁਦੇ 'ਤੇ ਹਾਂ ਜਾਂ ਮੇਰੀ ਡੈਜੀਗਨੇਸ਼ਨ ਕੀ ਆ ਜਾਂ ਮੇਰਾ ਰੁਤਬਾ ਕੀ ਆ, ਉਹ ਸਾਰੇ ਖਤਮ ਹੁੰਦੇ ਨੇ। ਹੁਣ ਵੀ ਜਦੋਂ ਅਸੀਂ ਇਕੱਠੇ ਹੋ ਜਾਂਦੇ ਹਾਂ, ਸਾਡੇ ਸਾਰੇ ਦੋਸਤ ਨੇ ਤਕਰੀਬਨ, ਮਤਲਬ ਅਸੀਂ ਜਦੋਂ ਮੈਂ ਖੇਡੀ ਪੜ੍ਹਦਾ ਹੁੰਦਾ ਸੀਗਾ, ਹੈਪੀ ਸੀ ਮੇਰਾ ਦੋਸਤ, ਹੈ ਨਾ, ਫਿਰ ਅਸੀਂ ਉੱਥੋਂ ਮੈਂ ਅਤੇ ਹੈਪੀ ਫਿਰ ਅਸੀਂ SD ਕਾਲਜ ਪੜ੍ਹਨ ਲੱਗੇ, ਉੱਥੋਂ ਅਸੀਂ ਉੱਥੇ ਇਕੱਠੇ ਹੋ ਗਏ, ਫਿਰ ਉੱਥੇ ਅੰਮ੍ਰਿਤ ਹੋ ਗਿਆ ਅਤੇ ਜਿੱਬੀ ਹੋ ਗਿਆ, ਹੁਣ ਬਿੱਲਾ ਆਡੀ ਸਾਰੇ, ਸੋਨੀ ਵੀ ਹੋ ਗਿਆ, ਮਾਨ ਵਰਗ ਕਾਫੀ ਸਾਨੂੰ ਉੱਥੇ ਮੁੰਡੇ ਮਿਲੇ ਭੰਗੜੇ ਵਾਲੇ, ਫਿਰ ਉੱਥੇ ਸਾਡਾ ਗਰੁੱਪ ਬਣ ਗਿਆ। ਅਤੇ ਹੁਣ ਵੀ ਜਦੋਂ ਅਸੀਂ ਇਕੱਠੇ ਹੋ ਜਾਂਦੇ ਹਾਂ ਫਿਰ ਉਹ ਬਚਪਨ ਵਾਲਾ ਹੀ ਕੰਮ ਯਾਦ ਆਉਂਦਾ, ਕਿਉਂਕਿ ਤੁਹਾਡੇ ਕੋਲ ਕਰਨ ਨੂੰ ਗੱਲਾਂ ਬਹੁਤ ਹੁੰਦੀਆਂ ਨੇ, ਬਹੁਤ ਹੁੰਦੀਆਂ ਨੇ, ਤੁਸੀਂ ਸਾਂਝੇ ਪਲ ਬਹੁਤ, ਜਿਵੇਂ ਹੁਣ ਕਿੰਨੀਆਂ ਗੱਲਾਂ ਸੀ ਸਾਡੀਆਂ, ਹਾਲੇ ਬਹੁਤ ਨੇ,
ਕੁਛ ਗੱਲਾਂ ਹੁੰਦੀਆਂ ਜਿਹੜੀ ਆਪਾਂ ਕੈਮਰੇ ਸਾਹਮਣੇ ਸਾਂਝੇ ਵੀ ਨਹੀਂ ਕਰ ਸਕਦੇ, ਉਹ ਵੀ ਯਾਦਾਂ ਹੁੰਦੀਆਂ ਨੇ, ਹੈ ਨਾ, ਬੰਦੇ ਇਕੱਠੇ ਹੁੰਦੇ ਫਿਰ ਉਹ ਵੀ ਸਾਂਝੇ ਕਰਦੇ ਨੇ, ਉਹ 'ਚੋਂ ਅਸਲ 'ਚ ਆਨੰਦ ਮਿਲਦਾ। ਬਿਲਕੁਲ, ਜਿਹੜਾ ਆਨੰਦ ਉਹ ਆ ਉਹ ਹੋਰ ਮਿਲਦਾ ਸ਼ਾਇਦ ਕਿਤੇ ਨਹੀਂ ਮਿਲਦਾ। ਹੈਪੀ ਦੀ ਗੱਲ ਕੀਤੀ ਹੈ, ਹੈਪੀ ਕੈਨੇਡਾ 'ਚ ਲੈ ਗਿਆ, ਵੈਲ ਸੈਟਲ ਆ, ਵਧੀਆ ਸੈੱਟ ਆ ਉੱਥੇ, ਉਹ ਮਾਲਕ ਦੀ ਮਿਹਰ ਆ ਉੱਥੇ। ਹੁਣ ਹੈਪੀ ਕੋਲ ਇੰਡੀਕਾ ਹੁੰਦੀ ਸੀ ਜਿਹੜੀ ਕਿ ਪੰਚਾਇਤੀ ਗੱਡੀ ਵਾਂਗੂ ਵਰਤੀ ਜਾਂਦੀ ਸੀ, ਮਤਲਬ ਜੇ ਗੱਡੀ ਕਿਸੇ ਨੂੰ ਚਾਹੀਦੀ ਹੈ ਤਾਂ ਹੈਪੀ ਦੀ ਗੱਡੀ ਹੀ ਜਾਊਗੀ। ਅਤੇ ਮਤਲਬ ਇਹ ਹੁੰਦਾ ਸੀ ਵੀ ਉਹ ਜਿਵੇਂ ਫਿਲਮ ਨਹੀਂ ਸੀ ਇੱਕ ਉਹ ਅਕਸ਼ੇ ਕੁਮਾਰ ਅਤੇ ਗਵਿੰਦੇ ਵਾਲੀ, ਉਹ ਕਿਹੜੀ ਸੀਗੀ, ਅਤੇ ਜਿਹ 'ਚੋਂ ਗੱਡੀ 'ਚ ਬੰਦੇ ਉਤਰੀ ਜਾਂਦੇ ਨੇ, ਉਤਰੀ ਜਾਂਦੇ ਨੇ, ਸੀਨ ਸਾਡਾ ਅਕਸਲ 'ਚ ਵਾਪਰਿਆ ਹੋਇਆ। ਮਤਲਬ ਇੰਡੀਕਾ 'ਚ ਕਿੰਨੇ ਬੰਦੇ ਬਹਿ ਜਾਣਗੇ ਜ਼ੋਰ ਮਾਰ ਕੇ, ਪੰਜ ਹੱਦ ਸੱਤ। ਇੰਡੀਕਾ 'ਚ ਅਸੀਂ 15-15 ਜਣੇ ਜਾਂਦੇ ਹੁੰਦੇ ਸੀਗੇ, ਕਿਉਂਕਿ ਕੰਪੀਟੀਸ਼ਨ ਹੋਣਾ ਭੰਗੜੇ ਦਾ, ਉੱਥੇ ਜਾਣਾ ਜਾਂ ਕਿਤੇ ਹੋਰ ਜਾਣਾ, ਟਰੱਕ ਸੀ ਉਹ ਟਰੱਕ ਸੀ ਇੰਡੀਕਾ 'ਚ 15 ਵਜੇ ਉੱਤਰ ਰਹੇ ਨੇ, ਸੋਚ ਕਿੱਦਾਂ ਲੱਗਦਾ ਹੋਊਗਾ। ਸਾਡੇ ਸਾਰੇ ਸਰਕਲ 'ਚ ਇੱਕ ਹੀ ਗੱਡੀ ਹੁੰਦੀ ਸੀ ਬਸ, ਉਹ ਹੀ ਜਾਣੀ ਹੁੰਦੀ ਸਾਰੇ ਪਾਸੇ, ਕਿਸੇ ਦੇ ਵਿਆਹ 'ਤੇ ਜਾਣਾ ਤਾਂ ਵੀ 10 ਜਾਣੇ 15 ਉਹ 'ਚ ਹੀ ਜਾਣੇ, ਜੇ ਕਿਸੇ ਨੇ ਰਿਸ਼ਤੇਦਾਰ 'ਚ ਜਾਣਾ ਤਾਂ ਵੀ ਹੈਪੀ ਇੰਡੀਕਾ ਜਾਊਗੀ। ਮਤਲਬ ਚਾਬੀ ਪਤਾ ਨਹੀਂ ਕਿੱਥੇ ਪਈ ਯਾਰ, ਕਈ ਵਾਰ ਤਾਂ ਪੁੱਛਣ ਦੀ ਵੀ ਲੋੜ ਨਹੀਂ ਪੈਂਦੀ ਸੀ, ਹੈਪੀ ਵੀ ਗੱਡੀ ਲੈ ਕੇ ਜਾਣੀ ਆ, ਹੈ ਨਾ, ਐਂ ਹੁੰਦਾ ਸੀ। ਤੁਹਾਡਾ ਕੋਈ ਇਮੋਸ਼ਨਲ ਕਿੱਸਾ ਕੋਈ ਲਾਈਫ ਦੇ ਵਿੱਚ ਇਸ ਤਰ੍ਹਾਂ ਦਾ ਮੂਮੈਂਟ ਆਇਆ ਹੋਵੇ ਜਿਹੜਾ ਤੁਸੀਂ ਦੱਸਣਾ ਚਾਹੋਗੇ? ਇਮੋਸ਼ਨਲ ਕਿੱਸਾ ਇਹ ਆ ਵੀ ਯਾਰ ਅਮਰ, ਜਦੋਂ ਮੈਂ ਪਹਿਲਾਂ ਚੰਡੀਗੜ੍ਹ ਆਇਆ ਸੀ ਨਾ, ਅਤੇ ਉਦੋਂ ਥੋੜ੍ਹੀ ਜਿਹੀ ਇੱਥੇ ਮੇਰੇ ਨਾਲ ਚੀਟਿੰਗ ਹੋ ਗਈ ਸੀਗੀ, ਅਤੇ ਮੈਂ ਆਇਆ ਸੀਗਾ ਸਕਸੈਸ ਹੋਣ ਲਈ, ਹੈ ਨਾ, ਬਤੌਰ ਗੀਤਕਾਰ। ਇੱਥੇ ਥੋੜ੍ਹੀ ਜਿਹੀ ਠੱਗੀ ਹੋ ਗਈ ਜਾਂ ਬੰਦੇ ਨੇ ਕਹਿ ਦਿਓ ਵੀ ਸਹੀ ਗਾਈਡ ਨਹੀਂ ਕੀਤਾ, ਤਾਂ ਮੈਂ ਵਾਪਸ ਮੁੜ ਗਿਆ ਸੀਗਾ ਪਿੰਡ। ਉਦੋਂ ਉਹ ਟਾਈਮ ਮੇਰੇ ਲਈ ਬੜਾ ਔਖਾ ਸੀਗਾ ਸ਼ਾਇਦ, ਅਤੇ ਉਹਨਾਂ ਟਾਈ ਉਸ ਟਾਈਮ 'ਚ ਮੈਨੂੰ ਮਿੱਤਰਾਂ ਦੋਸਤਾਂ ਦਾ ਬਹੁਤ ਜ਼ਿਆਦਾ ਸਹਿਯੋਗ ਰਿਹਾ, ਜਿਹਦੇ ਵਿੱਚ ਜਸਪਾਲ ਵੀ ਸੀਗਾ ਨਾਲ, ਹੈ ਨਾ, ਕਿਉਂਕਿ ਗੱਲਾਂ ਸਾਂਝੀਆਂ ਕਰਨੀਆਂ, ਕਿੱਸੇ ਕਹਾਣੀਆਂ ਸੁਣਾਉਣੀਆਂ, ਮਤਲਬ ਉਹ ਚੀਜ਼ ਹੁੰਦਾ ਨਾ ਬੰਦੇ ਨੂੰ, ਉਹ ਚੀਜ਼ ਤੁਸੀਂ ਕੱਢਣਾ, ਮਤਲਬ ਸ਼ਾਇਦ ਜਿਹੜੀ ਉਹ ਮੇਰੇ 'ਤੇ ਸਥਿਤੀ ਆਈ ਸੀ, ਉਹ 2-4 ਮਹੀਨੇ ਰਿਹਾ ਸੀ ਟਾਈਮ ਮੇਰੇ 'ਤੇ, ਜੇ ਮੇਰੇ ਯਾਰ ਦੋਸਤ ਚੰਗੇ ਨਾ ਹੁੰਦੇ ਸ਼ਾਇਦ ਮੈਂ ਜਿੱਥੇ ਨਾ ਬੈਠਾ ਹੁੰਦਾ। ਮਤਲਬ ਉਹ ਇੱਦਾਂ ਦਾ ਦੌਰ ਸੀ, ਉਹ ਪ੍ਰੋਪਰ ਮੈਨੂੰ ਯਾਰਾਂ ਦੋਸਤਾਂ ਨੇ ਸੰਭਾਲਿਆ, ਜਸਪਾਲ ਦਾ ਵੀ ਪ੍ਰੋਪਰ ਯੋਗਦਾਨ ਉਹ 'ਚ, ਹੈ ਨਾ, ਬਾਕੀ ਹੋਰ ਵੀ ਸੀ ਮੇਰੇ ਯਾਰ ਮਿੱਤਰ ਜਿਨ੍ਹਾਂ ਨੇ ਮੈਨੂੰ ਪ੍ਰੋਪਰ ਗੱਲਬਾਤ ਕਰਨੀ, ਉਹ ਚੀਜ਼ 'ਚੋਂ ਕੱਢਣ ਦੀ ਕੋਸ਼ਿਸ਼ ਕਰਨੀ। ਫਿਰ ਇੱਕ ਮੇਰਾ ਮਿੱਤਰ ਸੀਗਾ ਜਸਮੇਲ ਸਿੰਘ, ਸਰਪੰਚ ਹੈ ਬੜੀ ਪਿੰਡ ਦਾ ਉਹ, ਹੁਣ ਅਤੇ ਉਹਨੇ ਮੈਨੂੰ ਇੱਕ ਗੱਲ ਕਹੀ ਸੀ, ਕਹਿੰਦਾ ਵੀ ਬਟੂਆ ਜਿੱਥੇ ਗੁਆਚਦਾ ਹੁੰਦਾ ਉੱਥੇ ਹੀ ਲੱਭਦਾ ਹੁੰਦਾ, ਕਹਿੰਦਾ। ਸ਼ਾਇਦ ਉਹ ਗੱਲ ਨੇ ਮੈਨੂੰ ਬਹੁਤ ਜ਼ਿਆਦਾ ਬੂਸਟ ਕੀਤਾ, ਹੈ ਨਾ, ਅਤੇ ਉਸ ਤੋਂ ਬਾਅਦ ਦੁਬਾਰਾ ਫਿਰ ਮੈਂ ਚੰਡੀਗੜ੍ਹ ਆਇਆ, ਮਤਲਬ ਬਟੂ ਇੱਥੇ ਗਮਾਚਿਆ ਤਾਂ ਆਪਾਂ ਇੱਥੇ ਹੀ ਲੱਭਾਂਗੇ। ਬਹੁਤ ਸੋਹਣੀ ਗੱਲ ਹੈ। ਸੋ ਸਮਾਂ ਕਾਫੀ ਹੋ ਗਿਆ ਕਿ ਆਪਾਂ ਇਜਾਜ਼ਤ ਲੈਂਦੇ ਹਾਂ ਦੋਸਤੋ, ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ। ਸੋ ਤੁਹਾਡੇ ਕੋਲ ਵੀ ਕੋਈ ਕਿੱਸੇ ਕਹਾਣੀਆਂ ਨਜ਼ਿਆਦੀ ਦੀਆਂ ਹੈਗੀਆਂ ਤਾਂ ਸਾਡੇ ਨਾਲ ਕੰਟੈਕਟ ਕਰੋ, ਤਾਂ ਕਿ ਅਸੀਂ ਤੁਹਾਨੂੰ ਬੁਲਾ ਸਕੀਏ ਆਪਣੇ ਪ੍ਰੋਗਰਾਮ ਦੇ ਵਿੱਚ। ਧੰਨਵਾਦ।